ਕਿਤੇ ਡਾਲਰਾਂ ਦੀ ਮੈਕ ਚ ਨਾ ਗਵਾਜੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਕਿਤੇ ਡਾਲਰਾਂ ਦੀ ਮੈਕ ਚ ਨਾ ਗਵਾਜੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਦੇ ਵਿੱਚ ਤੇ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਈ ਤੇ ਨਾਲ ਦੀ ਨਾਲ ਬਹੁਤ-ਬਹੁਤ ਨਿੱਘਾ ਸਵਾਗਤ ਤੁਹਾਡਾ ਸਭ ਦਾ ਅੱਜ ਦੇ ਇਸ ਸ਼ੋਅ ਦੇ ਵਿੱਚ ਔਰ ਰੋਡ ਟ੍ਰਿਪ 2121 ਸਾਡਾ ਚੱਲ ਰਿਹਾ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਅਕਸਰ ਅਸੀਂ ਵੱਖ-ਵੱਖ ਜਗ੍ਹਾ ਤੋਂ ਪ੍ਰੋਗਰਾਮ ਕਰਦੇ ਆ ਰਹੇ ਹਾਂ ਔਰ ਅੱਜ ਅਸੀਂ ਜਿਸ ਜਗ੍ਹਾ ਪਹੁੰਚੇ ਹਾਂ ਵੈਸੇ ਬੜਾ ਮੈਨੂੰ ਵੀ ਮਾਣ ਮਹਿਸੂਸ ਹੋਇਆ ਇੱਥੇ ਪਹੁੰਚ ਕੇ ਔਰ ਅਗਰ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਦੀ ਗੱਲ ਕਰੀਏ ਤਾਂ ਜ਼ਰੂਰ ਉਹਨਾਂ ਦੇ ਜ਼ਿਹਨ ਦੇ ਵਿੱਚ ਚੇਤਿਆਂ ਦੇ ਵਿੱਚ ਹੋਏਗਾ ਇਹ ਹਾਦਸਾ ਜਿਹੜਾ ਇੱਥੇ ਹੋਇਆ ਸੀਗਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਖਾਸ ਹੋਏਗਾ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਕਿਉਂਕਿ ਜਿੱਥੇ ਅੱਜ ਅਸੀਂ ਆਏ ਹਾਂ ਇੱਥੇ ਇਹ ਗੁਰੂ ਘਰ ਹੈ ਜੀ ਓਖ ਕਰੀਕ ਦਾ ਗੁਰੂ ਘਰ ਔਰ ਇਹ ਸਾਰਿਆਂ ਨੂੰ ਹੀ ਪਤਾ ਹੈ ਇਸ ਗੁਰੂ ਘਰ ਨੂੰ ਘਰਬਾਰੇ ਖਾਸ ਸਾਡੇ ਚੇਤਿਆਂ ਦੇ ਵਿੱਚ ਜੁੜਿਆ ਹੋਇਆ ਹੈ ਕਈ ਪੱਖਾਂ ਤੋਂ ਪੂਰੀ ਦੁਨੀਆ ਦੇ ਵਿੱਚ ਇਸ ਗੁਰੂ ਘਰ ਦੀ ਚਰਚਾ ਹੋਈ ਸੀ 5 ਅਗਸਤ 2012 ਨੂੰ ਅਗਰ ਗੱਲ ਕਰੀਏ ਤਾਂ ਇੱਥੇ ਇੱਕ ਐਸਾ ਹਾਦਸਾ ਹੋਇਆ ਸੀ ਜਿੱਥੇ ਜਿਹੜਾ ਨਾਂ ਭੁੱਲਣਯੋਗ ਸੀਗਾ ਇੱਕ ਗੋਰੇ ਨੇ ਆ ਕੇ ਇੱਥੇ ਗੋਲੀਆਂ ਚਲਾਈਆਂ ਸੀਗੀਆਂ ਤੇ ਦੂਜਾ ਪੱਖ ਜੇ ਅਸੀਂ ਦੇਖੀਏ ਅਸੀਂ ਗੱਲ ਕਰੀਏ ਅਮਰੀਕਨ ਗਵਰਨਮੈਂਟ ਦੀ ਤਾਂ ਉਦੋਂ ਉਹਨਾਂ ਨੇ ਪੂਰੇ ਅਮਰੀਕਾ ਦੇ ਵਿੱਚ ਅਮਰੀਕਾ ਦਾ ਝੰਡਾ ਲੀਵਾ ਕਰਕੇ ਰੱਖਿਆ ਸੀਗਾ ਸਾਡੇ ਸਿੱਖ ਕੌਮ ਦੇ ਸਤਕਾਰ ਵਾਸਤੇ ਪੁਲਿਸ ਵਾਲਿਆਂ ਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਇੱਕ ਤਾਂ ਅਸੀਂ ਅੱਜ ਉਹ ਗੱਲ ਕਰਾਂਗੇ ਜ਼ਰੂਰ ਕਿਉਂਕਿ ਹਰ ਜਗ੍ਹਾ ਪੁੱਛਦੇ ਨੇ ਬਹੁਤ ਸਾਰੇ ਲੋਕਾਂ ਨੂੰ ਉਹ ਕਕਰੀਕ ਦਾ ਐ ਨਹੀਂ ਪਤਾ ਕਿ ਸ਼ਹਿਰ ਕਿੱਥੇ ਪੈਂਦਾ ਇਸਕਾਂਸਨ ਦੇ ਵਿੱਚ ਮਿਲਵਾਕੀ ਦੇ ਨਾਲ ਹੀ ਸ਼ਹਿਰ ਪੈ ਜਾਂਦਾ ਬਹੁਤ ਆਲੀਸ਼ਾਨ ਗੁਰੂ ਘਰ ਜਿਹੜਾ ਇੱਥੇ ਬਣਿਆ ਹੋਇਆ ਇਹਦੇ ਬਾਰੇ ਗੱਲਬਾਤ ਕਰ ਲਈ ਅਸੀਂ ਜ਼ਰੂਰ ਤੁਹਾਡੇ ਚੇਤਿਆਂ ਦੇ ਵਿੱਚ ਇੱਕ ਵਾਰ ਫਿਰ ਉਹ ਚੀਜ਼ ਜਿਹੜੀ 5 ਅਗਸਤ ਨੂੰ ਹੋਈ ਸੀਗੀ 2012 ਦੇ ਵਿੱਚ ਉਹ ਜ਼ਰੂਰ ਦੁਬਾਰਾ ਫਿਰ ਪਾਉਣੀ ਚਾਹਾਂਗੇ ਔਰ ਇੱਥੇ ਸਾਡੇ ਨਾਲ ਮਹਿਮਾਨ ਜੁੜੇ ਨੇ ਜਿੱਥੇ ਮੇਰੇ ਨਾਲ ਮੇਰੇ ਸੱਜੇ ਹੱਥ ਬੈਠੇ ਨੇ ਸਰਦਾਰ ਪਰਵਿੰਦਰ ਸਿੰਘ ਜੀ ਗੋਲਡੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਐ ਪ੍ਰੋਗਰਾਮ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਸਾਡੇ ਇੱਥੋਂ ਦੇ ਪਤਵੰਤੇ ਸੱਜਣ ਹੋਰ ਵੀ ਜੁੜੇ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਜੀ ਸਭ ਦਾ ਬਹੁਤ ਬਹੁਤ ਸਵਾਗਤ ਜੀ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਿਹਰਬਾਨੀ ਹੈ ਪਰਵਿੰਦਰ ਜੀ ਮੈਂ ਜਦੋਂ ਆਏ ਸੀ ਪਿਛਲੀ ਪੰਜ ਸਾਲ ਪਹਿਲਾਂ ਵੀ ਇੱਥੇ ਆਏ ਸੀਗੇ ਤੇ ਉਦੋਂ ਵੀ ਇੱਕ ਵੱਖਰੀ ਤਰ੍ਹਾਂ ਦੀ ਭਾਵਨਾ ਵੱਖਰੀ ਤਰ੍ਹਾਂ ਦੀ ਫੀਲਿੰਗ ਇਸ ਗੁਰੂ ਘਰ ਦੇ ਵਿੱਚ ਆ ਕੇ ਹੁੰਦੀ ਹੈ ਕਿਉਂਕਿ ਜਦੋਂ ਸੀਨ ਉਹ ਅੱਖਾਂ ਸਾਹਮਣੇ ਘੁੰਮਦਾ ਹੈ ਤੇ ਉਦੋਂ ਕਈ ਕੁਸ਼ੀ ਦਿਮਾਗ ਦੇ ਵਿੱਚ ਆਉਂਦਾ ਹੈ ਤੇ ਕੀ ਤੁਸੀਂ ਕਹਿਣਾ ਚਾਹੋਗੇ ਜੀ ਉਹ ਕੀ ਕੀ ਹੋਈ ਸੀ ਸਾਰੀ ਘਟਨਾ ਜਰੂਰ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸੋ ਦੁਬਾਰਾ ਜਗਤਾ ਸਿੰਘ ਜੱਜੀ ਜੀ ਤੁਹਾਡਾ ਜਸ ਪੰਜਾਬੀ ਚੈਨਲ ਦਾ ਤੁਹਾਡੇ ਸਾਰੇ ਸਰੋਤਿਆਂ ਜਿੰਨੇ ਵੀ ਹੈਗੇ ਸੁਣਦੇ ਰਹੇ ਨੇ ਇਸ ਟਾਈਮ ਸਾਰਿਆਂ ਦਾ ਮੈਂ ਗੁਰਦੁਆਰਾ ਦੀ ਪਰੰਤੂ ਕਮੇਟੀ ਓਕਰੀ ਕੋ ਵੱਲੋਂ ਤਹਿ ਦਿਲੋਂ ਤੁਹਾਨੂੰ ਆਤ ਕਰਦਾ ਹਾਂ ਜੇ ਜੀ ਆਇਆਂ ਆਖਦਾ ਹਾਂ ਤੁਸੀਂ ਵਸਕਾਂਸਨ ਸਟੇਟ ਦੇ ਵਿੱਚ ਆਏ ਹੋ ਤੇ ਜਿਹੜਾ ਉਹ ਟਾਈਮ ਸੀਗਾ 2012 ਦਾ ਉਹ ਬਹੁਤ ਹੀ ਔਖੀ ਕੜੀ ਦਾ ਟਾਈਮ ਸੀਗਾ ਇਹ ਕਰਨਾ ਸਵੇਰ ਦੇ ਟਾਈਮ ਤੇ ਵਾਪਰੀ ਤੇ ਬਹੁਤ ਹੀ ਜ਼ਿਆਦਾ ਦਿਲ ਨੂੰ ਨੁੰਦੰਦਰ ਵਾਲੀ ਗੱਲ ਸੀਗੀ ਇਸ ਕਰਕੇ ਸਾਡੇ ਤੇ ਬਹੁਤ ਜ਼ਿਆਦਾ ਇਸ ਗੱਲ ਦਾ ਅਸਰ ਪਿਆ ਹਾਂਜੀ ਮੈਂ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਵੀ ਸਵੇਰੇ ਸਵੇਰੇ ਅਜੇ ਸੰਗਤ ਬਾਲੀ ਨਹੀਂ ਸੀ ਆਈ ਹਾਂਜੀ ਇਹ ਸਵੇਰ ਦਾ ਟਾਈਮ ਸੀਗਾ ਸਾਡੇ 10 ਵਜੇ ਦਾ 10 ਵਜੇ ਨਾਲ ਘਟਨਾ ਵਾਪਰੀ ਆ ਤੇ ਉਸ ਟਾਈਮ ਗੋਰਾ ਜਦੋਂ ਅੰਦਰ ਐਂਟਰ ਕੀਤਾ ਉਹਨੇ ਬਾਹਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੋ ਸਾਡੇ ਗੁਰੂ ਘਰ ਦੇ ਗਰੰਤੀਓ ਸੀ ਸ਼ਹੀਦ ਹੋ ਗਏ ਨੇ ਦੋਨੇ ਬ੍ਰਦਰ ਸਨ ਤੇ ਉਸ ਤੋਂ ਬਾਅਦ ਉਹਨਾਂ ਅੰਦਰ ਆ ਕੇ ਵੀ ਗੋਲੀ ਚਲਾਈ ਸ਼ੂਟਿੰਗ ਕਰਦੇ ਆ ਬਜ਼ੁਰਗ ਇੱਕ ਸ਼ਹੀਦ ਹੋ ਗਏ ਉਸ ਤੋਂ ਬਾਅਦ ਬੀਬੀ ਪਰਮਜੀਤ ਕੌਰ ਜੋ ਕਿ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਉਹਨਾਂ ਦੇ ਵੀ ਗੋਲੀ ਚਲਾਈ ਗਈ ਉਹ ਵੀ ਉੱਥੇ ਹੀ ਆਪਣੇ ਸਵਾਸ ਦੇ ਦਿੱਤੇ ਉਹਨਾਂ ਨੇ ਪੂਰੇ ਕਰ ਦਿੱਤੇ ਤੇ ਉਸ ਤੋਂ ਬਾਅਦ ਸਾਡੇ ਪ੍ਰਧਾਨ ਸਾਹਿਬ ਕਲਿਕਾ ਸਾਹਿਬ ਸਤਵੰਤ ਸਿੰਘ ਕਲਿਕਾ ਜੋ ਆਪਣੇ ਆਫਿਸ ਦੇ ਵਿੱਚ ਸੀ ਉਹਨਾਂ ਦੇ ਵੀ ਗੋਲੀ ਲੱਗੀ ਉਸ ਤੋਂ ਬਾਅਦ ਸਾਡੇ ਪੰਜਾਬ ਸਿੰਘ ਬਾਬਾ ਪੰਜਾਬ ਸਿੰਘ ਜੀ ਜੋ ਪੰਜਾਬ ਤੋਂ ਇੱਥੇ ਕਥਾ ਕਰਨ ਵਾਸਤੇ ਆਏ ਹੋਏ ਸਨ ਉਹਨਾਂ ਦੇ ਵੀ ਗੋਲੀ ਲੱਗੀ ਉਹ ਵੀ ਆਪਣੇ ਕਾਫੀ ਦਿਨ ਹਕੂਮਾ ਦੇ ਵਿੱਚ ਪਏ ਰਹੇ ਤੇ ਉਸ ਤੋਂ ਬਾਅਦ ਸਾਡਾ 사ਸੰਗਤ ਦਾ ਇਸੇ ਤਰ੍ਹਾਂ ਇੱਥੇ ਜੋੜ ਮੇਲਾ ਕਾਫੀ ਹੁਣ ਹੋਣ ਲੱਗ ਪਿਆ ਹੈ ਉਹ ਜੁੜਦਾ ਹੈ ਅੱਜ ਜੀ ਹੁਣ ਮੇਰੇ ਖਲ ਕੋਵਿਡ ਤੋਂ ਬਾਅਦ ਦੁਬਾਰਾ ਫੇਰ ਸੰਗਤ ਜੁੜਨੀ ਸ਼ੁਰੂ ਹੋ ਗਈ ਆ ਤੇ ਮੈਂ ਥੋੜੀ ਜਿਆਦਾ ਹੋਰ ਆਸੀ ਜਾਣਕਾਰੀ ਸਾਡੇ ਦਰਸ਼ਕਾਂ ਵਾਸਤੇ ਚਾਹਾਂਗੇ ਵੀ ਉਹ ਕੀ ਸੀ ਬੰਦਾ ਕਿਉਂ ਆਇਆ ਕੀ ਉਹਦੇ ਦਿਲ 'ਚ ਭਾਵਨਾ ਸੀ ਕਿ ਉਹਨੇ ਗੁਰੂ ਘਰ ਹੀ ਟਾਰਗੇਟ ਕੀਤਾ ਕੀ ਕੋਈ ਉਹਨੂੰ ਸਾਡੀ ਪਹਿਰਾਵੇ ਤੋਂ ਪ੍ਰੋਬਲਮ ਸੀ ਜਾਂ ਵੈਸੇ ਹੀ ਕੋਈ ਸਾਈਕੀ ਬਿਮਾਰ ਸੀ ਉਹ ਇਹ ਤੇ ਅਸੀਂ ਚਲੋ ਨਹੀਂ ਕਹਿ ਸਕਦੇ ਉਹਦੀ ਮਾਤੀ ਇਸ ਤਰ੍ਹਾਂ ਸੀ ਚਲੋ ਵੀ ਜਿਸ ਤਰ੍ਹਾਂ ਵੀ ਉਸਨੇ ਕੀਤਾ ਨਹੀਂ ਸਹੀ ਕੀਤਾ ਚਲੋ ਪ੍ਰਮਾਤਮਾ ਉਹਨੂੰ ਸਮਤ ਵਰਸੇ ਅਸ਼ਤੇਹੋ ਬੇਨਤੀ ਕਰਾਂਗੇ ਵੀ ਚਲੋ ਜੋ ਵੀ ਹੋਇਆ ਗਲਤ ਹੋਇਆ ਤੇ ਉਹਦੀ ਮਾਤ ਅਨਸਾਰ ਹੀ ਗਲਤ ਹੋਇਆ ਜੋਗੀ ਬਿਲਕੁਲ ਜੀ ਬਿਲਕੁਲ ਗਲਤ ਹੋਇਆ ਪਰ ਦੂਜਾ ਜੇ ਅਸੀਂ ਪੱਖ ਦੇਖੀਏ ਤਾਂ ਅਸੀਂ ਸਲੂਟ ਕਰਦੇ ਹਾਂ ਜੀ ਇਥੋਂ ਦੀ ਗਵਰਨਮੈਂਟ ਨੂੰ ਜਦਕੇ ਅਸੀਂ ਇਸੇ ਚੀਜ਼ ਨੂੰ ਪੰਜਾਬ ਨਾਲ ਕੰਪੇਅਰ ਕਰੀਏ ਜਾਂ ਭਾਰਤ ਨਾਲ ਕੰਪੇਅਰ ਕਰੀਏ ਤਾਂ ਉੱਥੇ ਕੁਝ ਵੀ ਨਹੀਂ ਹੋਣਾ 350 ਤੋਂ ਉੱਪਰ ਸ਼ਹੀਦ ਹੋ ਗਏ ਨੇ ਕਿਸਾਨ ਹਾਂਜੀ ਹਾਂਜੀ ਕਿਸੇ ਇੱਕ ਦੇ ਕਿਸੇ ਲੀਡਰ ਦੇ ਮੂੰਹੋਂ ਵੀ ਟੁੱਟੇ ਮੂੰਹ ਕੋਈ ਹਮਦਰਦੀ ਦਾ ਬੋਲ ਨਹੀਂ ਨਿਕਲਦਾ ਤੇ ਉਦੋਂ ਇੱਥੇ ਕਿੰਨੀਆਂ ਛਿਦੀਆਂ ਹੋਈਆਂ ਸੀਗੀਆਂ ਤੇ ਇੱਕ ਆਪਣਾ ਝੰਡਾ ਜਿਹੜਾ ਅਮਰੀਕਾ ਦਾ ਝੁਕਿਆ ਰਿਹਾ ਸੀ ਕਾਫੀ ਦਿਨ ਉਸ ਟਾਈਮ ਛੇ ਛਿਦੀਆਂ ਹੋਈਆਂ ਸਨ ਜਿਹਦੇ ਵਿੱਚ ਅਮਰੀਕਾ ਦਾ ਝੰਡਾ ਵੀ ਡਾਉਣ ਕੀਤਾ ਗਿਆ ਤੇ ਇਹ ਬਹੁਤ ਹੀ ਅਮਰੀਕਨ ਗਵਰਨਮੈਂਟ ਨੇ ਬਹੁਤ ਜ਼ਿਆਦਾ ਹਿੱਸਾ ਦੇ ਨਾਲ ਜੋ ਕਿ ਹਮਦਰਦੀ ਕੀਤੀ ਤੇ ਸਾਰੇ ਵਰਲਡ ਦੇ ਵਿੱਚ ਇਸ ਗੱਲ ਦੀ ਵੀ ਪੂਰੀ ਚर्चा ਹੋਈ ਕਿ ਜੋ ਹੋਇਆ ਇਹ ਗਲਤ ਹੋਇਆ ਤੇ ਇਸ ਦੇ ਨਾਲ ਹੀ ਅਮਰੀਕਾ ਗਵਰਨਮੈਂਟ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੂਰਾ ਸਾਹ ਦਿੱਤਾ ਜੀ ਬਿਲਕੁਲ ਅਸੀਂ ਵੀ ਉਦੋਂ ਜਦੋਂ ਇਹ ਖਬਰ ਪਤਾ ਲੱਗੀ ਸੀਗੀ ਤੇ ਬਾਅਦ ਦੇ ਵਿੱਚ ਸਾਨੂੰ ਵੀ ਜਦੋਂ ਪ੍ਰੋਗਰਾਮ ਵੀ ਕਰਨਾ ਤੇ ਕਈ ਲੋਕ ਪੁੱਛਦੇ ਸੀ ਵੀ ਕਿੱਥੇ ਪੈਂਦਾ ਜੀ ਇਹ ਉਹ ਕ੍ਰੀਕ ਸੋ ਅੱਜ ਨਾਲ ਗੁਰੂ ਘਰ ਦੇਵੀ ਨਾਲ ਦਰਸ਼ਨ ਕਰ ਰਹੇ ਹੁਣ ਤੇ ਸਾਡੇ ਦਰਸ਼ਕ ਜਿਹੜੇ ਘਰਾਂ ਵਿੱਚ ਬੈਠੇ ਆ ਸੋ ਅਸੀਂ ਚਲੋ ਗੱਲਬਾਤ ਨੂੰ ਥੋੜਾ ਬਦ ਕੋਸ਼ਿਸ਼ ਕਰਾਂਗੇ ਹੋਰ ਪਾਸੇ ਜਾਣ ਦੀ ਪਰ ਨਾਲ ਨਾਲ ਅਸੀਂ ਇਸੇ ਗੱਲ ਨੂੰ ਜੇ ਕਰੀਏ ਗੱਲ ਸ਼ਹੀਦੀ ਦੀ ਗੱਲ ਹੋਈ ਹੈ ਵਿਸ਼ੇਸ਼ੀ ਦੀ ਹੋਈਆਂ ਸੀਆਂ ਤੇ ਅਮਰੀਕਨ ਗਵਰਨਮੈਂਟ ਨੇ ਇੰਨਾ ਜ਼ਿਆਦਾ ਸਤਕਾਰ ਕਹਿ ਲੋ ਕੁਝ ਕਹਿ ਲੋ ਕੀਤਾ ਹਾਂਜੀ ਇਨ ਸੌਰੀ ਕਿਨੂੰ ਅਗਰ ਅਸੀਂ ਭਾਰਤ ਨਾਲ ਜੋੜਦੇ ਹਾਂ ਅੱਜ ਕੱਲ ਦੇ ਮਾਹੌਲ ਨਾਲ ਜੋੜਦੇ ਹਾਂ ਜੀ ਤਾਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਸਾਨਾਂ ਦੇ ਦੇਖੋ ਭਾਰਤ ਦੀ ਸਰਕਾਰ ਹੈ ਜੋ ਬਹੁਤ ਜ਼ਿਆਦਾ ਹੀ ਕਿਸਾਨਾਂ ਦੇ ਨਾਲ ਮਾੜਾ ਕਰ ਰਹੀ ਹੈ ਜੋ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ 4 6 ਮਹੀਨੇ ਹੋ ਚੱਲੇ ਨੇ ਆਲਮੋਸਟ ਇਸ ਚੀਜ਼ ਨੂੰ ਚਲਦੇ ਆ ਹੋયા ਤੇ ਕਿਸਾਨ ਜੋ ਹੈ ਉਹ ਸਰਦੀ ਦੇ ਵਿੱਚ ਵੀ ਉੱਥੇ ਕਾਫੀ ਦਿਨ ਤੋਂ ਬੈਠੇ ਰਹੇ ਦਰਨੇ ਦੇ ਅਜੇ ਵੀ ਬੈਠੇ ਹੋਏ ਨੇ ਤੇ ਪਰ ਸਰਕਾਰਾਂ ਕੋਈ ਵੀ ਉੱਥੇ ਐਕਸ਼ਨ ਨਹੀਂ ਲੈ ਰਹੀਆਂ ਸਰਕਾਰਾਂ ਦੇ ਸਾਰੇ ਕੰਨ ਬੰਦ ਪਏ ਨੇ ਇਸ ਟਾਈਮ ਕਿ ਜਦੋਂ ਕਿ ਉਹਨਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਇਹ ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤੇ ਕੀ ਲੱਗਦਾ ਜੀ ਆਪਾਂ ਨੂੰ ਜਦੋਂ ਹੁਣ ਆਪਾਂ ਰੋਜ਼ ਦੇਖਦੇ ਸੁਣਦੇ ਖਬਰਾਂ ਸਿੰਘੂ ਬਾਰਡਰ ਤੇ ਵੀ ਉੱਥੇ ਟਿਕਰੀ ਬਾਰਡਰ ਤੇ ਵੀ ਸਾਡੀ ਟੀਮ ਵੀ ਜਾ ਕੇ ਆਈ ਉੱਥੇ ਅਸ਼ਮਤਾ ਇੱਕ ਮਹੀਨਾ ਦੋ ਮਹੀਨਾ ਢੇੜਾ ਮਹੀਨਾ ਉੱਥੇ ਜਾ ਕੇ ਪ੍ਰੋਗਰਾਮ ਕੀਤੇ ਉੱਥੋਂ ਲਗਾਤਾਰ ਤੇ ਹੁਣ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਮੋਰਚਾ ਠੰਡਾ ਪੈ ਗਿਆ ਤੇ ਮੈਨੂੰ ਇਹ ਮੈਂ ਤੁਹਾਡੇ ਇਹਦੇ ਬਾਰੇ ਵਿਚਾਰ ਮੈਂ ਜਾਣਨੇ ਚਾਹੁੰਗਾ ਪਰ ਮੈਨੂੰ ਇਹ ਲੱਗਦਾ ਕਿ ਠੰਡਾ ਨਹੀਂ ਪਿਆ ਸਕੋ ਹੋਰ ਜ਼ਿਆਦਾ ਉਹਨੇ ਹਾਈਪ ਕ੍ਰੀਏਟ ਕੀਤੀ ਹੈ ਉਹ ਫੈਲ ਗਿਆ ਜ਼ਿਆਦਾ ਪੂਰੇ ਭਾਰਤ ਦੇ ਵਿੱਚ ਮੋਰਚਾ ਜਿਹੜਾ ਚੱਲ ਰਿਹਾ ਹੈ ਭਾਰਤ ਦੇ ਤੇ ਫੈਲੇ ਫੈਲਿਆ ਇਹ ਆਲ ਆਫ ਦ ਵਰਲਡ ਵੀ ਫੈਲ ਗਿਆ ਹੈ ਹਾਂਜੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਇਥੋਂ ਵੀ ਕਾਫੀ ਗਏ ਨੇ ਸੰਘਰਸ਼ ਦੇ ਵਿੱਚ ਤੇ ਕਾਫੀ ਇੰਗਲੈਂਡ ਤੋਂ ਸਰ ਜਗ੍ਹਾ ਤੋਂ ਹੀ ਚੱਲ ਰਿਹਾ ਹੈ ਤੇ ਇਹ ਜਿਹੜਾ ਹੈਗਾ ਵਾ ਹੋਰ ਥੋੜਾ ਗਰਮ ਹੋ ਗਾਉਣ ਦੇ ਚਾਂਸ ਹੈਗੇ ਨੇ ਜੀ ਜੀ ਬਿਲਕੁਲ ਕੋਈ ਨਾ ਕੋਈ ਹਲ ਤਾਂ ਨਿਕਲੇਗਾ ਇਹਦਾ ਹਾਂਜੀ ਇਹਦਾ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਸਰਕਾਰਾਂ ਨੂੰ ਕਿਉਂਕਿ ਅਜੇ ਤੱਕ ਵੀ ਕਿਸਾਨ ਉੱਥੇ ਖੜੇ ਹੋਏ ਨੇ ਬਾਰਡਰਾਂ ਦੇ ਉੱਪਰ ਪੂਰੀ ਸੇਵਾ ਦਾ ਕਾਰਜ ਚੱਲ ਰਹੀ ਹੈ ਲੰਗਰ ਚੱਲ ਰਹੀ ਨੇ ਉੱਥੇ ਬਹੁਤ ਹੀ ਬਾਹਰ ਦੇ ਭਰਾਵਾਂ ਦਾ ਵੀ ਜਿਹੜੇ ਆਈਐਨਆਰਆਈ ਆਣਗੇ ਨੇ ਉਹਨਾਂ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਹਾਂ ਉਹ ਵੀ ਭਰਾ ਕਿਸਾਨਾਂ ਦੇ ਨਾਲ ਇਸ ਟਾਈਮ ਸਾਰੇ ਖੜੇ ਹੋਏ ਨੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਜਿਹੜੇ ਅਸੀਂ ਵੀ ਇੰਡੀਆ ਤੋਂ ਚੱਲ ਕੇ ਇੱਥੇ ਆਏ ਹੋਏ ਹਾਂ ਅਸੀਂ ਵੀ ਖੇਤੀਬਾੜੀ ਦੇ ਨਾਲ ਜੁੜੇ ਹੋਏ ਹਾਂ ਇੱਕ ਨਵਾਂ ਹੀ ਕੰਮ ਸ਼ੁਰੂ ਕੀਤਾ ਸੀਗਾ ਜੀ ਭਾਰਤ ਸਰਕਾਰ ਨੇ ਜਿਹੜਾ ਵੀ ਕਿਸਾਨਾਂ ਦੇ ਹੱਕ 'ਚ ਕੋਈ ਕਰਦਾ ਸੀਗਾ ਕੋਈ ਲਿਖਦਾ ਵੀ ਸੀ ਚਾਹੇ ਤੋ ਇੱਕ ਦੇਸ਼ ਧਰੋਣਾ ਦਾ ਇੱਕ ਕਾਨੂੰਨ ਨਵਾਂ ਕੱਢਿਆ ਸੀ ਉਹਦੇ ਖਿਲਾਫ ਦੇਸ਼ ਧਰੋਣਾ ਦਾ ਪਰਚਾ ਦਰਜ ਕਰ ਦਿੰਦੇ ਸੀਗੇ ਔਰ ਟੋਟਲ ਕਹਿੰਦੇ ਵੀ ਹੁਣ ਤੱਕ 13 ਕਹ ਹਜ਼ਾਰ ਕੇਸ ਟੋਟਲ ਦਰਜ ਹੋਏ ਸੀ ਜਿਦੇ ਚੋਂ 7000 ਕੱਲੇ ਹੁਣ ਮੋਦੀ ਸਾਹਿਬ ਦੇ ਰਾਜ ਹੋਏ ਨੇ ਹਾਂਜੀ ਇਹ ਜਿਹੜੇ ਕੇਸ ਕਰ ਰਹੇ ਨੇ ਇਹ ਕੇਸ ਇਹਨਾਂ ਨੂੰ ਨਹੀਂ ਕਰਨੇ ਚਾਹੀਦੇ ਹੈਗੇ ਇਹਨਾਂ ਨੇ ਜਾਣ ਬੁੱਝ ਕੇ ਹੀ ਗਲਤ ਮੁੰਡੇ ਜਿਹੜੇ ਫੜੇ ਹੋਏ ਨੇ ਆਪਣੇ ਬਾਰਡਰ ਤੇ ਸੀ ਹੋਈ ਉਸ ਕਰਕੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਵੀ ਮੁੱਦਾ ਇਹਨਾਂ ਨੇ ਚੱਕਿਆ ਹੋਇਆ ਕਿਸਾਨਾਂ ਨੇ ਇਹ ਸਹੀ ਮੁੱਦੇ ਦੇ ਉੱਪਰ ਲੜ ਰਹੇ ਹਨ ਜੇ ਕੋਈ ਲਿਖਦਾ ਹੈ ਉਹ ਹਰਕ ਨੂੰ ਹੱਕ ਹੈ ਕੋ ਹਰ ਕੋਈ ਆਪਣਾ ਆਵਾਜ਼ ਚੱਕ ਸਕਦਾ ਹੈ ਇਹਦੇ ਵਿੱਚ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਕਿਉਂ ਲਿਖ ਰਹੇ ਹੋ ਜੀ ਤੇ ਇਹ ਸਰਕਾਰਾਂ ਜੋ ਵੀ ਕਰ ਰਹੀਆਂ ਇਹ ਸਰਕਾਰਾਂ ਗਲਤ ਤੱਕਾ ਕਰ ਰਹੀਆਂ ਨੇ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਕਾਫੀ ਹੱਦ ਤੱਕ ਜਿਹੜਾ ਰੌਲਾ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਪੰਜਾਬ ਨੂੰ ਨਹੀਂ ਵੀ ਜਾਣਦੇ ਸੈਲੀਬ੍ਰਿਟੀ ਨੇ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੇ ਵੀ ਆਪਦੇ ਆਪ ਦਾ ਜਿਹੜਾ ਹਮਦਰਦੀ ਕਿਸਾਨਾਂ ਨਾਲ ਜਿਤਾਈ ਆ ਪਰ ਇਹ ਜਿਹੜੇ ਸਮਝ ਨਹੀਂ ਆਉਂਦੀ ਵੀ ਕਿਥੇ ਕਰੋੜਾਂ ਬੰਦਾ ਜਿਹੜਾ ਕਾਨੂੰਨ ਦੇ ਖਿਲਾਫ ਹੈਗਾ ਵੀ ਕਾਨੂੰਨ ਰੱਦ ਹੋਣਾ ਚਾਹੀਦਾ ਤੇ ਉਹ ਸਰਕਾਰ ਜਿਹੜੀ ਹੈਗੀ ਆ ਜਿੰਨੇ ਵੀ ਉਹਨਾਂ ਦੇ ਪੀ 50 100 ਹੋਊਗੇ ਮੰਤਰੀ-ਮੰਤਰੀ ਉਹਨਾਂ ਨੂੰ ਲੱਗਦਾ ਵੀ ਇਹ ਸਹੀ ਹੈ ਤੇ ਅਸੀਂ ਉਮੀਦ ਕਰਦੇ ਆ ਜੀ ਵੀ ਇਹ ਛੇਤੀ ਮਸਲਾ ਹੱਲ ਹੋ ਜਾਵੇ ਹਾਂਜੀ ਇਹ 37 ਸਾਲ ਹੋਣਾ ਚਾਹੀਦਾ ਕਿਉਂਕਿ ਦੇਖੋ ਹੁਣ ਇੱਥੋਂ ਦੇ ਕੁਝ ਐਲਡਰਮੈਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਹੋਇਆ ਨੇ ਐਲਡਰਮੈਨ ਕੋਈ ਕਾਂਗਰਸਮੈਨ ਹੋ ਗਏ ਨੇ ਅਮਰੀਕਾ ਦੇ ਵਿੱਚੋਂ ਵੀ ਉਹਨਾਂ ਨੇ ਆਪਣੇ ਬਹੁਤ ਵਧੀਆ ਵਿਚਾਰ ਦਿੱਤੇ ਆ ਵੀ ਜੋ ਇਹ ਸਰਕਾਰ ਕਰ ਰਹੀ ਆ ਕਿਸਾਨਾਂ ਦੇ ਖਾਤੇ ਇਹ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਸਾਰੇ ਸਹਿਯੋਗ ਦੇ ਰਹੇ ਹਨ ਕੈਨੇਡਾ ਦੇ ਵਿੱਚੋਂ ਵੀ ਸਹਿਯੋਗ ਦਿੱਤਾ ਹੈ ਟੋਰਾਂਟੋ ਟੋਰੋਡੋ ਸਾਹਿਬ ਨੇ ਵੀ ਕਿਹਾ ਵੀ ਇਹ ਫੀ ਮੋਦੀ ਸਾਹਿਬ ਨੂੰ ਕੈਨੇਡਾ ਨਹੀਂ ਆਣ ਦਵਾਗੇ ਜੇ ਇਹ ਆਪਣੇ ਕਾਨੂੰਨ ਵਾਪਸ ਨਹੀਂ ਲੈਂਦੇ ਬਿਲਕੁਲ ਬਿਲਕੁਲ ਜੀ ਤੇ ਅੱਛਾ ਨਾਲ ਦੀ ਨਾਲ ਅਸੀਂ ਫਿਰ ਗੁਰੂ ਘਰ ਦੀ ਅਗਰ ਗੱਲ ਕਰੀਏ ਤੇ ਮੇਰੇ ਖਿਆਲ ਤੁਸੀਂ ਸ਼ੁਰੂ ਤੋਂ ਜੁੜੇ ਹੋਏ ਜੀ ਕਿ ਕਿੰਨੀ ਕਿੰਨੀ ਪੁਰਾਣੀ ਬਿਲਡਿੰਗ ਹੈਗੀ ਆ ਕਿ ਕਿਵੇਂ ਕਿਵੇਂ ਇਹਦਾ ਸਵੱਬ ਬਣਿਆ ਇਹ ਸਵੱਬ ਜੀ ਦੇਖੋ ਪਹਿਲੇ ਆਪਣੇ ਛੋਟਾ ਗੁਰਦਾਰਾ ਹੁੰਦਾ ਸੀਗਾ ਸੰਗਤ ਇਕੱਠੀ ਉੱਥੇ ਜੁੜਦੀ ਸੀਗੀ ਉਸ ਤੋਂ ਬਾਅਦ ਸੰਗਤ ਨੇ ਦੇਖਿਆ ਵੀ ਕਮੇਟੀ ਆਪਣੇ ਜੋ ਇੱਥੇ ਦੇ ਮੋਤਵਾਰ ਸੀਗੇ ਉਹਨਾਂ ਸਾਰਿਆਂ ਨੇ ਦੇਖਿਆ ਕਿ ਸਾਨੂੰ ਵੱਡੇ ਗੁਰੂ ਘਰ ਦੀ ਜ਼ਰੂਰਤ ਹੈ ਜੀ ਤੇ ਉਸ ਤੋਂ ਬਾਅਦ ਇਹ ਜਗ੍ਹਾ ਲੈ ਕੇ ਇਹਦੇ ਵਿੱਚ ਸਾਰੀ ਇੱਕ ਆਪਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤ ਸਾਰੀ ਨੇ ਜੁੜ ਕੇ ਵਿਸਕਾਂਤ ਦੀ ਮਲਵਾਕੀ ਦੀ ਸੰਗਤ ਨੇ ਜੁੜ ਕੇ ਇੱਕ ਗੁਰੂ ਘਰ ਦਾ ਨੀਂ ਪੱਥਰ ਰੱਖਿਆ ਤੇ ਉਹਦੇ ਵਿੱਚ ਸਾਡੇ ਕਾਫੀ ਬਲਿਆਰ ਸਿੰਘ ਦੇ ਲਈ ਉਹਨਾਂ ਨੇ ਨਕਸ਼ਾ ਲਿਆ ਨਕਸ਼ਾ ਤਿਆਰ ਕਰਨ ਤੋਂ ਬਾਅਦ ਸਾਰਾ ਇੱਥੇ ਗਰੁੱਪ ਸਾਰੇ ਨੇ ਜਿੰਨੀ ਵੀ ਕੀਤੀ ਆ ਬਹੁਤ ਵਧੀਆ ਤਰੀਕੇ ਨਾਲ ਚੱਲੇ ਤੇ ਇੱਥੋਂ ਦਾ ਨੀਂ ਪੱਥਰ ਰੱਖ ਕੇ ਇਹ ਅੱਜ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਜਦੋਂ ਹੁੰਦੇ ਹਨ 400 ਤੋਂ 500 ਵੀ ਸੰਗਤ ਹੁੰਦੀ ਆ ਆਮ ਐਤਵਾਰ ਨੂੰ 250 300 ਬੰਦਾ ਹੁੰਦਾ ਹੈ ਅੱਜ ਕੱਲ ਮਤਲਬ ਕੋਵਿਡ ਦੇ ਕੋਵਿਡ ਦੇ ਵਿੱਚ ਵੀ ਹੁਣ 1.5 200 250 ਬੰਦਾ ਆ ਆਮ ਦੇ ਨਾਲ 200 ਬੰਦਾ ਹੋ ਜਾਂਦਾ ਜੀ ਤੇ ਉਦਾ ਕਿੰਨੀ ਕਹੇ ਜੀ ਆਪਣੀ ਕਮਿਊਨਿਟੀ ਇੱਥੇ ਕਮਿਊਨਿਟੀ ਆਪਣੇ ਕਾਫੀ ਹੈਗੀ ਹੈ ਜੀ ਇੱਥੇ ਕਮਿਊਨਿਟੀ ਤ੍ਰਿਵਨ 12000 ਤੇ ਹੈਗਾ ਹੀ ਹੈ ਜੀ ਅੱਛਾ ਜੀ ਫੈਮਿਲੀਜ਼ ਹਾਂ ਜੀ ਚਲੋ ਬੜਾ ਵਧੀਆ ਤੇ ਇੱਕ ਮੈਂ ਕਿਸੇ ਵੀ ਮਹਿਮਾਨ ਨਾਲ ਜਦੋਂ ਪ੍ਰੋਗਰਾਮ ਕਰਦਾ ਤਾਂ ਮੈਂ ਪਿਛੋਕੜ ਜਰੂਰ ਪੁੱਛਦਾ ਉਹਦਾ ਕਾਰਨ ਇਹ ਹੈ ਕਿ ਜਦੋਂ ਹੋਰ ਲੋਕ ਪ੍ਰੋਗਰਾਮ ਘਰਾਂ 'ਚ ਬੈਠੇ ਦੇਖਦੇ ਨੇ ਕੋਈ ਆਸਟ੍ਰੇਲੀਆ ਕੋਈ ਇੰਗਲੈਂਡ ਕੋਈ ਕੈਨੇਡਾ ਦੇ ਵਿੱਚ ਫਿਰ ਉਹਨਾਂ ਨੂੰ ਕਿਉਂਕਿ ਹਰ ਇਲਾਕੇ ਦੇ ਹਰ ਏਰੀਆ ਦੇ ਵਿੱਚ ਲੋਕ ਆਏ ਹੋਏ ਆ ਬਾਹਰਲੇ ਮੁਲਕਾਂ ਦੇ ਵਿੱਚ ਫਿਰ ਉਹਨਾਂ ਨੂੰ ਚਾਹ ਚੜ ਜਾਂਦਾ ਦੇਖ ਕੇ ਵੀ ਕਈ ਤਾਂ ਜਾਣਦੇ ਹੀ ਹੁੰਦੇ ਆ ਚਾਚਾ ਇਹ ਤਾਂ ਸਾਡੇ ਨਾਲ ਪੜ੍ਹਦੇ ਹੁੰਦੇ ਸੀ ਜੇ ਕਈ ਤਾਂ ਹੁੰਦੇ ਸੋ ਪਿਸ਼ੋਕਰ ਜਰੂਰ ਆਪਣਾ ਦੱਸੋ ਥੋੜਾ ਜਿਹਾ ਪਿਸ਼ੋਕਰ ਜੀ ਮੇਰੀ ਡਿਸਟ੍ਰਿਕਟ ਗਰਦਾਸਪੁਰ ਹੈਗਾ ਵਾ ਜੀ ਤੇ ਪਿੰਡ ਮੇਰਾ ਨਾਲਪੋਲੇ ਚੱਕ ਤੇ ਬੜੀ ਕੰਟ ਦੇ ਨਾਲ ਪੈ ਜਾਂਦਾ ਜੀ ਅੱਛਾ ਜੀ ਤੇ ਉੱਥੇ ਹੀ ਮੈਂ ਗੁਰੂ گورਨਮੈਂਟ ਕਾਲਜ ਪੜਿਆ ਹੋਇਆ ਹਾਂ ਗਰਦਾਸਪੁਰ ਜੀ ਤੇ ਉਸ ਤੋਂ ਬਾਅਦ ਜਦੋਂ ਯੂ ਐਸ ਏ ਅਮਰੀਕਾ ਦੇ ਵਿੱਚ ਮੈਂ ਆਇਆ ਤੇ ਅਮਰੀਕਾ ਤੋਂ ਬਾਅਦ ਫਿਰ ਫਾਜ਼ਲ ਸਾਹਿਬ ਦੀ ਮੇਰਾ ਦੀ ਕਾਫੀ ਦੇਰ 25 ਸਾਲ ਹੋ ਗਏ ਨੂੰ ਦੀ ਡੈਥ ਹੋਈ ਨੂੰ ਤੇ ਮਦਰ ਤੇ ਸਿਸਟਰ ਸੀ ਛੋਟਾ ਬ੍ਰਦਰ ਸੀਗਾ ਉਸ ਤੋਂ ਬਾਅਦ ਮੈਂ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਰਾਜਪੁਰੇ ਰਹਿਣ ਲਾ ਪਏ ਜੀ ਤੇ ਉਸ ਤੋਂ ਬਾਅਦ ਮੈਂ ਅਮਰੀਕਾ ਆਉਣ ਤੋਂ ਬਾਅਦ ਮੇਰੇ ਪੇਰੈਂਟਸ ਵਗੈਰਾ ਮਦਰ ਤੇ ਮੇਰੇ ਬ੍ਰਦਰ ਸਿਸਟਰ ਸਾਰੇ ਇੱਥੇ ਬਾਹਰ ਅਮਰੀਕਾ ਦੇ ਵਿੱਚ ਹੀ ਮੇਰੇ ਨਾਲ ਹੀ ਨੇ ਇਸ ਟਾਈਮ ਤੇ ਮੇਰੇ ਕਜ਼ਨਸ ਵਗੈਰਾ ਹੋਰ ਸਾਰੇ ਸਾਰੀ ਫੈਮਿਲੀ ਅਸੀਂ ਇੱਥੇ ਆਂ ਜੀ ਕਾਫੀ ਜੀ ਔਰ ਨਾਲ ਦੀ ਨਾਲ ਜਿੱਥੇ ਤੁਸੀਂ ਜੀ ਜੱਸ ਪੰਜਾਬੀ ਦਾ ਧੰਨਵਾਦ ਕੀਤਾ ਜੀ ਅਸੀਂ ਵੀ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਕਿਉਂਕਿ ਬ੍ਰੇਕ ਤੋਂ ਬਾਅਦ ਮਹਿਮਾਨ ਸਾਡੇ ਨਾਲ ਬਦਲ ਜਾਣਗੇ ਪ੍ਰੋਗਰਾਮ ਇਹੀ ਚੱਲੂਗਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦੇ ਆ ਕਿ ਤੁਹਾਨੂੰ ਅਸੀਂ ਵੀ ਬਹੁਤ ਖੜੇ ਪੈਰੀ ਫੋਨ ਕੀਤਾ ਤੇ ਫਿਰ ਤੁਸੀਂ ਵੀ ਜਿਵੇਂ ਕਹਿੰਦੇ ਹੁੰਦੇ ਨੇ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਸਾਰੇ ਤੁਹਾਡੇ ਦੋਸਤ ਮਿੱਤਰ ਸਾਰੇ ਇੱਕਦਮ ਆਗੇ ਨਾਲ ਦੀ ਨਾਲ ਹੀ ਕੁਝ ਕੁਝ ਮੇਰੇ ਕੱਲ ਘੰਟਿਆਂ ਦੇ ਨੋਟਿਸ ਦੇ ਉੱਪਰ ਹੀ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਜੀ ਇਸ ਕਰਕੇ ਜਸਪੰਜਾਬੀ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਐ ਕੋਈ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀ ਤੁਹਾਨੂੰ ਇਸ ਸਮੇਂ ਦੇਖ ਰਹੇ ਆ ਔਰ ਸੁਣ ਰਹੇ ਆ ਕੋਈ ਸੁਨੇਹਾ ਜ਼ਰੂਰ ਦਿਓ ਜੀ ਕੀ ਕੀ ਨੇ ਸੁਨੇਹਾ ਮੇਰਾ ਇਹੋ ਹੀ ਆ ਜੀ ਸਾਰਿਆਂ ਦਾ ਗਾੜੀ ਵਿੱਚ ਜਿਸ ਤਰ੍ਹਾਂ ਵੀ ਤੁਸੀਂ ਰਲ ਮਿਲ ਕੇ ਜਿਸ ਵੀ ਕੰਟਰੀਆਂ ਵਿੱਚ ਬੈਠੇ ਹੋ ਬਾਹਰ ਰਲ ਮਿਲ ਕੇ ਇੱਕ ਦੂਜੇ ਨੂੰ ਸਹਯੋਤ ਕਰੋ ਇਦੇ ਨਾਲ ਪਿਆਰ ਮੁਹੱਬਤ ਗੁਰੂ ਘਰਾਂ ਦੇ ਵਿੱਚ ਵੀ ਪਿਆਰ ਮੁਹੱਬਤ ਰੱਖੋ ਬੱਚਿਆਂ ਨੂੰ ਸਿੱਖਿਆ ਦਿਓ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜੋ ਤੇ ਪੰਜਾਬੀ ਦੇ ਨਾਲ ਜੋੜੋ ਜਿਹੜੀ ਮਾਂ ਬੋਲੀ ਆਪਣੀ ਪੰਜਾਬੀ ਹੈ ਬੱਚਿਆਂ ਨੂੰ ਉਹਦੇ ਨਾਲ ਜੋੜਨਾ ਸਾਡਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੇਰੀ ਤੇ ਇਹੋ ਸਾਰਿਆਂ ਗਾੜੀ ਬੇਨਤੀ ਹੈ ਕਿ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੋ ਤੇ ਪੰਜਾਬੀ ਨੂੰ ਕਾਮਦੋ ਤੇ ਬੱਚਿਆਂ ਨੂੰ ਸਿੱਖਿਆ ਚੰਗੀ ਦਿਓ ਜੀ ਬਿਲਕੁਲ ਸਾਡਾ ਵੀ ਇਹੀ ਸਨੇਹਾ ਹੁੰਦਾ ਜੀ ਅਸੀਂ ਵੀ ਘਰ-ਘਰ ਜਾ ਕੇ ਜਾਂ ਸ਼ਹਿਰ-ਸ਼ਹਿਰ ਜਾ ਕੇ ਹੋਕਾ ਦਿੰਨੇ ਇਹੀ ਪੰਜਾਬੀ ਦਾ ਖਾਸ ਤੌਰ ਤੇ ਤੇ ਬਾਕੀ ਨਾਲ ਗੁਰੂ ਘਰ ਨਾਲ ਜੁੜਨ ਦੀ ਗੱਲ ਹਮੇਸ਼ਾ ਕਰੀਦੀ ਆ ਪਰ ਇਹਦੇ ਚ ਅਸੀਂ ਜਿੱਥੇ ਵੀ ਗਏ ਆ ਇਹੀ ਚੀਜ਼ ਮਹਿਸੂਸ ਕੀਤੀ ਆ ਆਪਣਾ ਪਰਮਿੰਦਰ ਜੀ ਕਿ ਲੋਕਾਂ ਦਾ ਇਹੀ ਕਹਿਣਾ ਕਿ ਅਸੀਂ ਬੱਚਿਆਂ ਨੂੰ ਲੇਟ ਦੱਸਣਾ ਸ਼ੁਰੂ ਕਰਦੇ ਆ ਹਾਂਜੀ ਅਗਰ ਜਦੋਂ ਬੱਚਾ ਪੈਦਾ ਹੁੰਦਾ ਹੋ ਉਸ ਸੰਭਾਲਦਾ ਉਦੋਂ ਤੋਂ ਦੱਸਣਾ ਸ਼ੁਰੂ ਕਰੀਏ ਤੇ ਉਹਦੇ ਕੰਪਿਊਟਰ ਦੇ ਵਿੱਚ ਫਿੱਟ ਹੋ ਜਾਂਦਾ ਦਿਮਾਗ ਦੇ ਅਦਰਵਾਈਜ਼ ਲੇਟ ਹੋ ਜਾਂਦਾ ਬਹੁਤ ਸੋ ਇਹ ਵੀ ਗੱਲਾਂ ਬਹੁਤ ਜ਼ਰੂਰੀ ਨੇ ਸੁਨੇਹਾ ਦੇਣਾ ਹਰ ਸ਼ਹਿਰ ਦੇ ਵਿੱਚ ਬਹੁਤ ਜ਼ਰੂਰੀ ਹੈਗਾ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬ੍ਰੇਕ ਤੋਂ ਬਾਅਦ ਅਸੀਂ ਸਾਡੇ ਮਹਿਮਾਨਾਂ ਵਿੱਚੋਂ ਹੀ ਕਿਸੇ ਹੋਰ ਮਹਿਮਾਨ ਦੇ ਨਾਲ ਗੱਲ ਕਰਾਂਗੇ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹਿਣ ਔਰ ਮਿਲਦੇ ਆਂ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਆ ਜੀ ਮੈਂ ਜਗਤਾਰ ਸਿੰਘ ਜੱਗੀ ਪ੍ਰੋਗਰਾਮ ਸਾਡਾ ਰੋਡ ਟ੍ਰਿਪ ਜਿਹੜਾ ਚੱਲ ਰਿਹਾ 2021 ਉਹਦੇ ਅਧੀਨ ਤੁਸੀਂ ਪ੍ਰੋਗਰਾਮ ਘਰਾਂ ਚ ਬੈਠੇ ਦਰਸ਼ਕ ਦੇਖਦੇ ਹੋ ਕਾਲਾਂ ਦਾ ਸਿਲਸਿਲਾ ਅਜੇ ਵਿੱਚ ਵਿੱਚ ਲੈ ਲਈ ਦੀਆਂ ਕਾਲਾਂ ਅਸੀਂ ਪਰ ਅੱਜ ਵੀ ਕਾਲਾਂ ਸਿਲਸਿਲਾ ਨਹੀਂ ਹੈ ਕਿਉਂਕਿ ਸਾਡੇ ਨਾਲ ਮਹਿਮਾਨ ਜੁੜੇ ਨੇ ਔਰ ਮਹਿਮਾਨ ਵੀ ਐਸੀ ਜਗ੍ਹਾ ਤੋਂ ਜੁੜਨੇ ਜਿਹੜੀ ਅਸੀਂ ਗੱਲ ਕੀਤੀ ਹੈ ਪਹਿਲਾਂ ਗੁਰਦੁਆਰਾ ਸਿੱਖ ਟੈਂਪਲ ਉਹ ਕਰੀਕ ਵਿਸਕਾਸ਼ਨ ਦੇ ਵਿੱਚ ਜਿੱਥੇ ਅਗਸਤ 2012 ਨੂੰ ਇੱਕ ਵੱਡਾ ਹਾਦਸਾ ਹੋਇਆ ਸੀਗਾ ਬਹੁਤ ਸ਼ਹੀਦियां ਜਿੱਤੇ ਉਹ ਸ਼ਹੀਦियां ਕਹਿੰਦੇ ਵੀ ਅਜਾਈ ਨਹੀਂ ਗਈਆਂ ਉਹਨਾਂ ਦੀਆਂ ਛੇ ਛੇਦੀਆਂ ਹੋਈਆਂ ਸੀਗੀਆਂ ਉਸ ਵੇਲੇ ਤੇ ਉਹਨਾਂ ਸ਼ਹੀਦੀਆਂ ਨੇ ਸਾਡੀ ਪਛਾਣ ਜਿਹੜੀ ਹੈ ਪੂਰੀ ਪੂਰੀ ਦੁਨੀਆ ਦੇ ਵਿੱਚ ਬਣਾਈਆਂ ਖਾਸ ਤੌਰ ਤੇ ਅਮਰੀਕਾ ਗਵਰਨਮੈਂਟ ਤੱਕ ਝੰਡੇ ਨੀਵੇ ਕੀਤੇ ਗਏ ਸੀ ਤੇ ਹੁਣ ਮਹਿਮਾਨ ਦੀ ਗੱਲ ਕਰੀਏ ਤੇ ਮੇਰੇ ਨਾਲ ਬਹੁਤ ਹੀ ਵਧੀਆ ਸਾਡੇ ਅਸੀਂ ਕਹਿ ਸਕਦੇ ਹਾਂ ਪੁਰਾਣੇ ਸਾਡੇ ਸਤਿਕਾਰਯੋਗ ਹੈਗੇ ਨੇ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਇਸ ਗੁਰੂ ਘਰ ਦੀ ਤੇ ਗੁਰੂ ਘਰ ਦੇ ਵਿੱਚ ਪਿਛਲੇ 16 ਸਾਲਾਂ ਤੋਂ ਸੈਕਟਰੀ ਦੀ ਸੇਵਾ ਨਿਭਾ ਰਹੇ ਨੇ ਔਰ 인ਦਰਜੀਤ ਸਿੰਘ ਢਲੋਸਾ ਸਾਹਿਬ ਸਤਿ ਸ਼ਕਾਲ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੋ ਪੰਜਾਬੀ ਦੇਖ ਰੇ ਮੇਰੇ ਵੀਰ ਸਾਰਿਆਂ ਨੂੰ ਜਸ ਪੰਜਾਬੀ ਵੱਲੋਂ ਸਾਡੀ ਸਮੂਹ ਕਮੇਟੀ ਵੱਲੋਂ ਉਹ ਗ੍ਰੀਗੋ ਦੁਆਰਾ ਸਿੱਖ ਟੈਂਪਲ ਵਿਸਕਾਨਸਰ ਵੱਲੋਂ ਜਸ ਪੰਜਾਬੀ ਆਇਆ ਨੂੰ ਜੀ ਆਇਆਂ ਨੂੰ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਦਾ ਜੀ ਜਦੋਂ ਵੀ ਆਈਦਾ ਇਧਰਲੇ ਪਾਸੇ ਬੜਾ ਪਿਆਰ ਮਿਲਦਾ ਤੇ ਮੈਂ ਉਹ ਪਿਛਲੀ ਗੱਲ ਕਰਨ ਤੋਂ ਪਹਿਲਾਂ ਇੱਕ ਜ਼ਰੂਰ ਮੈਂ ਸੁਨੇਹਾ ਵੀ ਦੇਣਾ ਚਾਹਣਾ ਪੂਰੀ ਦੁਨੀਆ ਦੇ ਵਿੱਚ ਇਸ ਵਿਸਕਾਸ਼ਨ ਦਾ ਕਹਿ ਲੋ ਚਾਹੇ ਅਸੀਂ ਮਿਲਵਾਕੀ ਦੀ ਗੱਲ ਕਰ ਲਈਏ ਔਰ ਇੱਥੇ ਜਿੰਨੇ ਵੀ ਗੁਰੂ ਘਰ ਹੈਗੇ ਜੀ ਦੋ ਗੁਰੂ ਘਰ ਨੇ ਉਹ ਦੋਹਾਂ ਗੁਰੂ ਘਰਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਕੋਈ ਚੋਣਾ ਚੂਣਾ ਵਾਲਾ ਕੰਮ ਨਹੀਂ ਹੈ ਜਦੋਂ ਤੋਂ ਵੀ ਜੀ ਗੁਰੂ ਘਰ ਸ਼ੁਰੂ ਹੋਇਆ ਤਾਂ ਉਸ ਤੋਂ ਅੱਜ ਤੋਂ ਕੋਈ 11-12 ਸਾਲ ਪਹਿਲਾਂ ਤੋਂ ਉਹ ਗੁਰਦੁਆਰਾ ਜਿਹੜਾ ਸੀਗਾ ਉਹ ਆਪਣੇ ਬਰੋਕਫੀਲਡ ਵਾਲੇ ਹਾਂਜੀ ਉਹਨਾਂ ਨੇ ਉੱਥੇ ਜਗ੍ਹਾ ਲੈ ਕੇ ਤੇ ਗੁਰੂ ਘਰ ਸ਼ੁਰੂ ਕੀਤਾ ਤੇ ਜ਼ਿਆਦੀ ਸੰਗਤ ਜਿਹੜੀ ਐਸ ਪਾਸੇ ਵੱਲ ਸੀਗੀ ਤੇ ਕੁਝ ਵਿਚਾਰ ਕਰਿਆ ਸਾਡੇ ਸਾਰੇ ਕਮੇਟੀ ਦੇ ਮੈਂਬਰਾਂ ਨੇ ਲਾਲੋ ਤੁਸੀਂ ਸਾਰੇ ਸਮੂਹ ਸਾਧ ਸੰਗਤ ਨੇ ਕਿ ਇਧਰਲੇ ਪਾਸੇ ਵੀ ਅਗਰ ਗੁਰੂ ਘਰ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਘਰ ਦੇ ਵਿੱਚ ਉਧਰ ਨਹੀਂ ਜਾ ਸਕਦਾ ਨਾ ਇਧਰ ਨਹੀਂ ਕੋਈ ਗੱਲ ਨਹੀਂ ਗੁਰੂ ਘਰ ਸਾਰੇ ਬਰਾਬਰ ਹਨ ਲੇਕਿਨ ਕੁਝ ਜ਼ਿਆਦਾ ਆਪਣੇ ਪੰਜਾਬੀਆਂ ਦੀ ਤਾਇਦਤ ਇਧਰ ਜ਼ਿਆਦਾ ਹੋਣ ਕਰਕੇ ਤੇ ਕੁਝ ਸੰਗਤ ਦਾ ਵੀ ਵਧਣ ਕਰਕੇ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਬਧਾਈ ਰੱਖੇ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਉਹਦਾ ਫਿਰ ਜ਼ਰੂਰਤ ਪਈ ਕਿ ਇੱਕ ਹੋਰ ਗੁਰੂ ਘਰ ਇਹ ਤੇ ਸਟਾਪ ਹੋਣਾ ਚਾਹੀਦਾ ਹੈ ਬਿਲਕੁਲ ਜੀ ਤੇ ਉਹ ਸ਼ੁਰੂ ਹੋਇਆ ਤੇ ਸਾਰੇ ਜਿੰਨੇ ਵੀ ਆਪਣੇ ਗੁਰੂ ਘਰ ਦੀ ਸਾਰੀ ਸਾਥ ਸੰਗਤ ਦਾ ਪੈਸਾ ਲੱਗਿਆ ਜੀ ਜੀ ਤੇ ਉਦੋਂ ਖੈਰ ਤਾਂ ਪ੍ਰਮਾਤਮਾ ਹੀ ਕਰਵਾਉਂਦਾ ਬੰਦਾ ਕੀ ਕਰਦਾ ਤੇ ਉਹਨਾਂ ਦੇ ਨਾਲ ਸਾਰਾ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜੋ ਕਮੇਟੀ ਦੇ ਮੈਂਬਰ ਹੈ ਤੇ ਜੋ ਹੋਰ ਸੇਵਾਦਾਰ ਹੈ ਜੁਡੀ ਨਹੀਂ ਮੈਂਬਰ ਉਸ ਤੋਂ ਬਾਅਦ ਹੋਰ ਵੀ ਜਿਹੜੇ ਨਾਨ ਮੈਂਬਰ ਨੇ ਉਹਨਾਂ ਨੇ ਵੀ ਗੁਰੂ ਘਰ ਦੀ ਆਪਣੇ ਤਨ ਮਨ ਤੇ ਧਨੋਂ ਸਾਰਿਆਂ ਨੇ ਸੇਵਾ ਕੀਤੀ ਤੇ ਅੱਜ ਗੁਰੂ ਘਰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੀ ਹਾਂਜੀ ਬਿਲਕੁਲ ਬਿਲਕੁਲ ਅਸੀਂ ਬਰੁਕਫੀਲਡ ਵੀ ਗਏ ਸੀਗੇ ਤੇ ਉਹਨਾਂ ਨੇ ਵੀ ਇਹੀ ਗੱਲ ਦੱਸੀ ਵੀ ਅਸੀਂ ਸਾਰੀ ਸਾਧ ਸੰਗਤ ਨੇ ਇਹ ਫੈਸਲਾ ਕੀਤਾ ਇਹ ਨਹੀਂ ਹੈਗਾ ਵੀ ਇਹ ਦੂਜੀ ਪਾਰਟੀ ਵਾਲੇ ਬੰਦੇ ਕਿ ਇੱਥੇ ਪਾਰਟੀ ਕੋਈ ਹੈ ਹੀ ਨਹੀਂ ਔਰ ਅਸੀਂ ਇਹ ਅਰਦਾਸ ਵੀ ਕਰਦੇ ਪ੍ਰਮਾਤਮਾ ਅਗੇ ਵੀ ਸਾਰੇ ਸ਼ਹਿਰਾਂ 'ਚ ਇਹੋ ਜੀ ਸਮੱਤ ਪ੍ਰਮਾਤਮਾ ਬਖਸ਼ੇ ਸਾਡੇ ਗੁਰੂ ਘਰਾਂ ਦੇ ਜਿੰਨੀਆਂ ਵੀ ਕਮੇਟੀਆਂ ਪ੍ਰਬੰਧਕ ਹੈਗੀਆਂ ਨੇ ਚਲੋ ਆਪਾਂ ਉਧਰਲੀ ਗੱਲ ਅਜੇ ਨਹੀਂ ਛੇੜਦੇ ਆਪਾਂ ਗੱਲ ਕਰਦੇ ਜੀ ਜਿਹੜਾ ਹਾਦਸਾ ਹੋਇਆ ਸੀ ਤੁਸੀਂ ਉਦੋਂ ਸੀਗੇ ਗੁਰੂ ਘਰ ਦੇ ਵਿੱਚ ਹਾਂਜੀ ਹਾਂਜੀ ਮੈਂ ਕੁਝ دیر ਕਾਰਨ ਕਰਕੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਮੈਨੂੰ ਪਹਿਲਾਂ ਕਾਲ ਆਈ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉੱਥੇ ਗੋਲੀ ਚੱਲ ਗਈ ਹੈ ਵੀ ਤੁਸੀਂ ਥੋੜਾ ਬੀ ਕੇਅਰਫੁਲ ਹੋ ਕੇ ਜਾਇਓ ਹਾਂਜੀ ਤੇ ਉਹ ਕੁਝ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਸੀ ਮੈਂ ਕਿਹਾ ਵੀ ਕੁਝ ਇਸ ਤਰ੍ਹਾਂ ਦੀ ਆਪਸ ਵਿੱਚ ਨਾ ਕੋਈ ਗਲਬਤ ਹੋ ਗਈ ਹੋਵੇ ਜੀ ਯਕੀਨ ਨਹੀਂ ਸੀ ਆ ਰਿਹਾ ਲੇਕਿਨ ਜਦੋਂ ਇੱਥੇ ਆਏ ਤੇ ਉਹ ਜਿਹੜੀਆਂ ਪੁਲਿਸ ਦੀਆਂ ਚਾਰਜ ਫੀਰੇ ਗੱਡੀਆਂ ਖੜੀਆਂ ਸੀ ਤੇ ਪਤਾ ਕੀ ਲੱਗਿਆ ਕਿ ਬਾਅਦ ਦੇ ਵਿੱਚ ਗੂਰਾ ਦਿਨ ਅਸੀਂ ਇੱਥੇ ਮਤਲਬ ਰੋਣਾ ਕਲਪਣਾ ਹੀ ਹੁੰਦਾ ਹੈ ਕਿ ਕੁਝ ਪਤਾ ਨਹੀਂ ਸੀ ਕੋਈ ਕਹਿ ਰਿਹਾ ਸੀ ਇੱਕ ਬੰਦਾ ਕੋਈ ਕਹਿ ਰਿਹਾ ਸੀ ਦੋ ਕੁੱਤਨ ਕਿਉਂਕਿ ਜੀ ਅੰਦਰ ਆਉਣ ਤੋਂ ਕੋਈ ਹਰ ਬੰਦਾ ਝਿਜਕਦਾ ਸੀ ਪਤਾ ਰਾਤ ਨੂੰ 10 ਵਜੇ ਜਾ ਕੇ ਲੱਗਿਆ ਕਿ ਕਿਹੜਾ ਕਿਹੜਾ ਬੰਦਾ ਮਾਈਕਲ ਪੇਜ ਕਰਕੇ ਗੋਰੇ ਦਾ ਨਾ ਸੀ ਤੇ ਉਹ ਬੰਦੇ ਦੇ ਪਰਮਾਤਮਾ ਜਾਣ ਦਾ ਕੀ ਕੋਈ ਉਹਦੀ ਦਿਮਾਗ ਦੇ ਵਿੱਚ ਕੋਈ ਨੁਕਸਾਗਾ ਜਾਂ ਕੋਈ ਉਹਦੇ ਕਿਸੇ ਬੰਦੇ ਦੀ ਬੈਕਗ੍ਰਾਉਂਡ ਹੁਣ ਆਪਾਂ ਕੀ ਕਹਿ ਸਕਦੇ ਆ ਕਿਉਂਕਿ ਉਹ ਆਪ ਵੀ ਖੁਦ ਮਰ ਗਿਆ ਹਾਂਜੀ ਇੱਥੇ ਹੀ ਪੂਰਾ ਹੋ ਗਿਆ ਸੀਗਾ ਤੇ ਉਹ ਬੰਦੇ ਨੇ ਜੀ ਅੰਦਰ ਵੜਦੇ ਆਂ ਬਾਹਰ ਦੋ ਸਾਡੇ ਗੁਰਦੁਆਰੇ ਦੇ ਸੇਵਾਦਾਰ ਭਾਈ ਸਾਹਿਬ ਸੀਗੇ ਉਹਨਾਂ ਨੂੰ ਇੱਕ ਭਰਾ ਉਹਨੂੰ ਛੱਡਣ ਆਇਆ ਜਿਹੜਾ ਪਿਛਲੇ 15 ਸਾਲਾਂ ਤੋਂ ਆ ਇੱਥੇ ਰਹਿ ਰਿਹਾ ਸੀ ਆਪਣੀ ਛੋਟੀ ਜੀ ਬੱਚੀ ਨੂੰ ਛੱਡ ਕੇ ਆਇਆ ਹੋਇਆ ਸੀ ਇੰਡੀਆ ਦੇ ਵਿੱਚ ਤਾਂ ਉਹ ਤੇ ਉਹਨੂੰ ਵੀ ਉਹਨੇ ਗੋਲੀ ਮਾਰੀ ਤੇ ਉਹਦੇ ਭਰਾ ਨੂੰ ਵੀ ਤੇ ਉਸ ਤੋਂ ਮਗਰੋਂ ਉਹ ਅੰਦਰ ਆ ਕੇ ਉਹ ਸਾਹਮਣੇ ਆਪਣੇ ਗੁਰੂ ਘਰ ਦੇ ਅੰਦਰ ਭੈਣ ਜੀ ਪਰਮਜੀਤ ਬੈਠੇ ਸੀਗੇ ਉਹ ਨੂੰ ਪਤਾ ਲੱਗਿਆ ਜਦੋਂ ਗੋਲੀਆਂ ਚੱਲੀਆਂ ਦੋ ਇੱਕ ਬੱਚਾ ਬੱਚੀ ਸੀਗੇ ਉਹਨਾਂ ਨੇ ਕਿਚਨ ਦੇ ਵਿੱਚ ਆ ਕੇ ਦੱਸਿਆ ਤੇ ਸਾਡੇ ਕਿਚਨ ਦੇ ਵਿੱਚ ਖਾਣਾ ਬਣ ਰਿਹਾ ਸੀ ਕਿਸੇ ਨੂੰ ਪਤਾ ਨਹੀਂ ਕੋਈ ਮੇਰੇ ਖਿਆਲ ਇਹ ਕਮ ਸੇ ਕਮ 30 35 ਜਣੇ ਹੋਣਗੇ ਜੀ ਮੈਂ ਤੁਹਾਨੂੰ ਜੇ ਜਗ੍ਹਾ ਦਿਖਾਵਾਂ ਤਾਂ ਉਹ ਬਹੁਤ ਔਖਾ ਉੱਥੇ ਸਾਰਿਆਂ ਨੂੰ ਭੱਜ ਕੇ ਅੰਦਰ ਜਾਣਾ ਲੇਕਿਨ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਅਗਰ ਕੁਝ 10 15 ਜਣੇ ਦੋਨਾਂ ਨੇ ਚਲਾਈਆਂ ਗੋਲੀਆਂ ਤੇ ਉਸ ਤੋਂ ਮਗਰੋਂ ਫੇਰ ਉਧਰ ਗਿਆ ਇੱਕ ਬੰਦਾ ਆਪਣੇ ਪ੍ਰਕਾਸ਼ ਸਿੰਘ ਉਹ ਇੱਥੇ ਬੇਸਮੈਂਟ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਆਇਆ ਜੀ ਔਰ ਫਿਰ ਜਦੋਂ ਉਹ ਵਾਪਸ ਚਲਾ ਗਿਆ ਉਹਦੀ ਕਿਸਮਤ ਚੰਗੀ ਲੇਕਿਨ ਜੋ ਪਰਮਾਤਮਾ ਦਾ ਭਾਣਾ ਵਾਪਰਨਾ ਹੁੰਦਾ ਉਹਨੂੰ ਰੋਕ ਨਹੀਂ ਸਕਦਾ ਜਦੋਂ ਵਾਪਸ ਗਿਆ ਤੇ ਉੱਥੇ ਸਾਡੇ ਕਲਿਕਾ ਸਾਹਿਬ ਪ੍ਰਧਾਨ ਸਾਹਿਬ ਜਿਹੜੇ ਗੁਰਦੁਆਰੇ ਦੇ ਸਿੱਕੇ ਕੋਹ ਤੇ ਇੱਕ ਆਪਣੇ ਭਾਈ ਸੰਤੋਖ ਸਿੰਘ ਜੀ ਉਹ ਵੀ ਤੇ ਉਹਨਾਂ ਨੇ ਮੈਗਜ਼ੀਨ ਜਦੋਂ ਉਹਦੇ ਮੁੱਕੇ ਤੇ ਉਹ ਲੋਡ ਕਰਨ ਲੱਗਿਆ ਤੇ ਉਹਦੇ ਮਗਰੋਂ ਉਹਦੀ ਹਟ ਕੇ ਤੇ ਉਹ ਬਾਹਰ ਆ ਗਿਆ ਉਹਦੀ ਇੱਕ ਗੋਲੀ ਆਲਰੇਡੀ ਲੱਗੀ ਸੀ ਤੇ ਸਾਡੇ ਭਾਈ ਸਾਹਿਬ ਜਿਹੜੇ ਗੁਰੂ ਘਰ ਦੇ ਮੇਨ ਗ੍ਰਾਂਥੀ ਸੀਗੇ ਉਹ ਬਾਥਰੂਮ ਦੇ ਅੰਦਰ ਸੀ ਇੱਕ ਛੋਟਾ ਬੱਚਾ ਸੀ ਉਹਨਾਂ ਦੇ ਨਾਲ ਉਹ ਪਰਮਾਤਮਾ ਉਹਨਾਂ ਨੇ ਉਹਨੂੰ ਬਚਾ ਲਿਆ ਨਹੀਂ ਡੋਰ ਖੋਲਿਆ ਤੇ ਇਸ ਤੋਂ ਮਗਰੋਂ ਬਾਹਰ ਆਇਆ ਤੇ ਫਿਰ ਪੁਲਿਸ ਜਦ ਤੱਕ ਆ ਗਈ ਸੀਗੀ ਤੇ ਜਦ ਫੇ ਉਹ ਮਤਲਬ ਸナイਪਰ ਜਿਹੜਾ ਦੂਰੋਂ ਜਿਹੜੇ ਮਾਰਦੇ ਨੇ ਸ਼ਾਰਟ ਕਰਦੇ ਨੇ ਤੇ ਫਿਰ ਉਹਨਾਂ ਨੇ ਉਹਨੇ ਸ਼ਾਰਟ ਉਹਦੇ ਸਟਾਮਕ ਦੇ ਵਿੱਚ ਗੋਲੀ ਮਾਰੀ ਬਾਅਦ ਵਿੱਚ ਚੋਦ ਕੋ ਆਪਣੇ ਕੋ ਗਨ ਸੀ ਉਹਨੇ ਆਪਣੇ ਗਨ ਮਾਰੀ ਤੇ ਬਾਅਦ ਵਿੱਚ ਉਹ ਆਪਣੇ ਆਪ ਨੂੰ ਉਹਨੇ ਮਾਰ ਲਿਆ ਕੈਸੀ ਗੱਲ ਹੈ ਜੀ ਇਹ ਬਹੁਤ ਚਰਚਾ ਦੇ ਵਿੱਚ ਜਦੋਂ ਫਿਰ ਗੁਰੂ ਘਰ ਆਇਆ ਸੀਗਾ ਉਸ ਤੋਂ ਬਾਅਦ ਹੁਣ ਪੂਰੀ ਦੁਨੀਆ ਦੇ ਵਿੱਚ ਇਸ ਗੁਰੂ ਘਰ ਦਾ ਪਤਾ ਹੈ ਔਰ ਇਸ ਗੁਰੂ ਘਰ ਦੀ ਚਲੋ ਜਿਵੇਂ ਮੈਂ ਗੱਲ ਕੀਤੀ ਹੈ ਵੀ ਸ਼ਹੀਦੀਆਂ ਹੋਈਆਂ ਪਰ ਉਹ ਸ਼ਹੀਦੀਆਂ ਆਈ ਨਹੀਂ ਗਈਆਂ ਮੇਰੇ ਹਿਸਾਬ ਦੇ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਸਾਡੀ ਪਛਾਣ ਬਣੀ ਹੈ ਤੋਂ ਹਾਂਜੀ ਮੈਂ ਜੀ ਇਹ ਇਸ ਧਰਤੀ ਨੂੰ ਸਲਾਮ ਕਰਦਾ ਇਸ ਯੂ ਐਸ ਨੂੰ ਕਿ ਇਹਨਾਂ ਨੇ ਜੋ ਸਾਥ ਸਾਡਾ ਦਿੱਤਾ ਜੀ ਉਸ ਵਕਤ ਓਬਾਮਾ ਗਵਰਨਮੈਂਟ ਦਾ ਸਾਰਾ ਪ੍ਰਸ਼ਾਸਨ ਸੀਗਾ ਇਹਨਾਂ ਦੇ ਅੰਡਰ ਸੀਗਾ ਤੇ ਉਹਨਾਂ ਦਾ ਮੇਨ ਜਨਰਲ ਸੈਕਟਰੀ ਜਿਹੜਾ ਜੀ ਉਹ ਵੀ ਇੱਥੇ ਆਇਆ ਤੇ ਗੁਰੂ ਘਰ ਉਹਨੇ ਵੀ ਆ ਕੇ ਸਾਡਾ ਬੜਾ ਹਰ ਇੱਕ ਗੱਲ ਦਾ ਉਹਨੇ ਸਟੇਟਮੈਂਟ ਨਹੀਂ ਉਹਦੇ ਨਾਲ ਵੀ ਬੰਦਾ ਸੀਗਾ ਫਿਰ ਮਿਸ਼ਾਓ ਓਬਾਮਾ ਦੇ ਮਿਸਸ ਓਵੀ ਇੱਥੇ ਆਏ ਉਹਨਾਂ ਨੇ ਵੀ ਸਾਰੀ ਲੋਕ ਆਪਣੇ ਸਾਧ ਸੰਗਤ ਦੇ ਨਾਲ ਆ ਕੇ ਗੱਲਬਾਤ ਕੀਤੀ ਹਮਦਾਰੀ ਪ੍ਰਗਟ ਕੀਤੀ ਹਮਦਾਰੀ ਪ੍ਰਗਟ ਕੀਤੀ ਤੇ ਉਹਨਾਂ ਨੇ ਉੱਥੋਂ ਫੋਨ ਮੇਨ ਆਫਿਸ ਤੋਂ ਵਾਈਟ ਹਾਊਸ ਤੋਂ ਜਦੋਂ ਆਇਆ ਤੂੰ ਉਹਨਾਂ ਨੇ ਪੁੱਛਿਆ ਕਿ ਗੁਰੂ ਘਰ ਦਾ ਕੌਣ ਐ ਸੈਕਟਰੀ ਕੌਣ ਐ ਜੀ ਅਸੀਂ ਉਹਨਾਂ ਨਾਲ ਗੱਲ ਕਰਨੇ ਚਾਹੁੰਦੇ ਆ ਤੇ ਪ੍ਰੈਜ਼ੀਡੈਂਟ ਓਬਾਮਾ ਸਾਹਿਬ ਨਾਲ ਮੇਰੀ ਢਾਈ ਕਮਿੰਟ ਗੱਲ ਹੋਈ ਅੱਛਾ ਜੀ ਹਾਂਜੀ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਆ ਯੂ ਮਿਸਟਰ ਡਿਲਨ ਮੈਂ ਕਹਾ ਯੈਸ ਸਰ ਤੇ ਉਹਨਾਂ ਦੀ ਅਵਾਡਿੰਗ ਸੀ ਕਿ ਆਈ ਆਲਰੇਡੀ ਕਾਲ ਟੂ ਮਾਈ ਐਫ ਬੀ ਆਈ ਐਂਡ ਟੂਮਾਰੋ ਲਾਈਕ 10:30 ਜਿਹੜੀ ਰਿਪੋਰਟ ਹੈ ਉਹ ਮੇਰੇ ਟੇਬਲ ਤੇ ਹੋਊਗੀ ਤੇ ਆ ਮੇਰਾ ਨੰਬਰ ਹੈ ਅਗਰ ਕਿਸੇ ਨੂੰ ਹੋਰ ਤਰ੍ਹਾਂ ਦੀ ਕੋਈ ਵੀ ਜਰੂਰਤ ਹੋਵੇ ਤੇ ਜਾਂ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਤੇ ਤੁਸੀਂ ਸਾਨੂੰ ਸਿੱਧਾ ਸੰਪਰਕ ਕਰ ਸਕਦੇ ਮੈਂ ਹੈਰਾਨ ਹਾਂ ਹਾਂਜੀ ਕਮਾਲ ਦੀ ਗੱਲ ਹੈ ਕਿ ਵੀ ਸਾਡੇ ਜੇ ਹੁਣ ਲਿਹਾਜ਼ਾ ਕਿ ਹੁਣ ਵਾਰਦਾ ਮੌਕੇ ਦੀ ਗੱਲ ਕਰੀਏ ਜੋ ਪੰਜਾਬ ਚੋਂ ਉੱਠ ਕੇ ਕਿਸਾਨ ਕਿੰਨੇ ਲੱਖਾਂ ਕਰੋੜਾਂ ਆਕਲ ਵਿੱਚ ਵੇਚੇ ਤੇ 300 ਬੰਦਾ ਤੋਂ ਉੱਪਰ ਜੋ ਮੈਂ ਤਾਂ ਸ਼ਹੀਦ ਹੀ ਕਹੂੰਗਾ ਉਹਨਾਂ ਨੂੰ ਜਿਸ ਨੂੰ ਉਹ ਮੁੱਖ ਨੂੰ ਲੈ ਕੇ ਚੱਲੇ ਹੋਏ ਆ ਤੇ ਉਹ ਹਰਾਨ ਕੀ ਵਾਲਾ ਇਹਨਾਂ ਦੁੱਖ ਹੁੰਦਾ ਕਿ ਕਿਸੇ ਇੱਕ ਬੰਦੇ ਦੀ ਵੀ ਇੱਥੇ ਕੋਈ ਨੁਕਸਾਨ ਹੋ ਜੇ ਕੁਝ ਹੋ ਜੇ ਕਿੰਨਾ ਧਿਆਨ ਰੱਖਦੇ ਉਹ ਕਿੰਨਾ ਧਿਆਨ ਰੱਖਦੇ ਆ ਜੀ 10 ਦਿਨ ਪੂਰਾ ਤੈਨ ਅਮਰੀਕਾ ਦੇ ਫਲੈਗ ਡਾਊਨ ਰਹਿ ਜੀ ਹਾਂਜੀ ਬਿਲਕੁਲ 10 ਦਿਨ ਤੱਕ ਤੇ ਕਿੰਨੇ ਬੰਦੇ ਸਾਡੇ 6 ਬੰਦੇ ਸਿਗੇ 7ਵਾਂ ਪੰਜਾਬ ਸਿੰਘ ਜੀ ਆ ਥੋੜੇ ਉਸ ਤੋਂ ਬਾਅਦ ਵਿੱਚ ਪੂਰੇ ਹੋਏ 4-5 ਸਾਲ ਉਹਨਾਂ ਵਿਚਾਰਿਆਂ ਨੂੰ ਕੋਈ ਕੌਮਾਂ ਦੇ ਵਿੱਚ ਕੌਮਾਂ ਤੇਰੇ ਉਸ ਤੋਂ ਮਗਰੋਂ ਤੇ ਅੱਛਾ ਮੈਂ ਫਿਰ ਉਹੀ ਗੱਲ ਆ ਜਾਂਦੀ ਹੈ ਮੁਰਕੜ ਕੇ ਕਈ ਵਾਰੀ ਗੁੱਸਾ ਵੀ ਆਉਂਦਾ ਆਪਣੇ ਮੁਲਕ ਤੇ ਅਸੀਂ ਕਹਿ ਦਿੰਨੇ ਮੇਰਾ ਭਾਰਤ ਮਹਾਨ ਹੈ ਜਾਂ ਸਾਡਾ ਰੰਗਲਾ ਪੰਜਾਬ ਹੈ ਪਰ ਉੱਥੇ ਇੱਥੇ ਓਬਾਮਾ ਸਾਹਿਬ ਨੇ ਤੁਹਾਨੂੰ ਖੁਦ ਫੋਨ ਕੀਤਾ ਗੱਲ ਕੀਤੀ ਕਮੇਟੀ ਨਾਲ ਤੁਹਾਡਾਂ ਨਾਲ ਗੱਲ ਕੀਤੀ ਸਮਝੋ ਸਾਰੀ ਕਮੇਟੀ ਨਾਲ ਗੱਲ ਹੋ ਗਈ ਸਾਡੀ ਕਮਿਊਨਿਟੀ ਨਾਲ ਗੱਲ ਹੋ ਗਈ ਤੇ ਉੱਥੇ ਜੇ ਕੋਈ ਹੁਣ ਬੀਜੇਪੀ ਵਾਲੇ ਸਾਡੇ ਜਾਣਦੇ ਨੇ ਕਾਫੀ ਜੋ ਹੈਗੇ ਨੇ ਵਿੱਚੋਂ ਤੇ ਉਹਨਾਂ ਨੂੰ ਕਿੰਨੇ ਵਾਰ ਤੁਸੀਂ ਬੋਲਦੇ ਕਿਉਂ ਨਹੀਂ ਕੋਈ ਕਹਿੰਦੇ ਅਸੀਂ ਬੋਲ ਕੇ ਮੁੜ ਕੇ ਸਾਨੂੰ ਸਸਪੈਂਡ ਕਰ ਦਿੰਦੇ ਆ ਜਾਂ ਕੱਢ ਦੇਣਗੇ ਪਾਰਟੀ ਚੋਂ ਕਹਿੰਦੇ ਅਸੀਂ ਇਸੇ ਕਰਕੇ ਬੋਲਦੇ ਨਹੀਂ ਹੈਗੇ ਉੱਥੇ ਕਿਸੇ ਕਿਸੇ ਬੰਦੇ ਨੇ ਵੀ ਇਹ ਨਹੀਂ ਕਿਹਾ ਵੀ ਇਹ ਜਿਹੜੀਆਂ ਸ਼ਹੀਦੀਆਂ ਹੋਈਆਂ ਉੱਥੇ ਕਿਸਾਨਾਂ ਦੀ ਮਾੜਾ ਕੰਮ ਹੋਇਆ ਇਹ ਮੈਂ ਨਾ ਜੀ ਇੱਕ ਸ਼ਬਦ ਸੁਣਿਆ ਸੀਗਾ ਕੋਈ ਬੰਦੇ ਤਕਰੀਰ ਕਰ ਰਹੇ ਸੀਗੇ ਉਹਨੇ ਕਿਹਾ ਕਿ ਵੀ ਜਿਹੜੇ ਬੰਦਾ ਕੋਈ ਅਮਰਤ ਸ਼ਕਦਾਨਾ ਜੀ ਉਹ ਕਹਿੰਦਾ ਜੀ ਉਹ ਬੰਦਾ ਬਾਅਦ ਦੇ ਵਿੱਚ ਬਹੁਤ ਯੋਧਾ ਬਣ ਜਾਂਦਾ ਬਲਵਾਨ ਬਣ ਜਾਂਦਾ ਤੇ ਉਹ ਕੋਈ ਲਾਗੇ ਗੁਰਮਖ ਪਿਆਰਾ ਬੈਠਾ ਸੀ ਉਹ ਕਹਿੰਦਾ ਆਂਦਾ ਜੀ ਨਹੀਂ ਇਹ ਗੱਲ ਨਹੀਂ ਹੈ ਅਮਰਤ ਸ਼ਕਦਈ ਯੋਧੇ ਨੇ ਹਾਂਜੀ ਹਾਂ ਵਾਹ ਤੇ ਜਿਹੜੇ ਬੰਦੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਆ ਆਪਾਂ ਹੁਣ ਪੋਲਿਟਿਕਸ ਜਿਹੜੀ ਆ ਆਪਣੇ ਇੰਡੀਆ ਦੀ ਹੈ ਉਹ ਕਈ ਗੱਲਾਂ ਚ ਵਿੱਚ ਹਾਸਾ ਹੀ ਆਉਂਦਾ ਕਹੇ ਕਿਸੇ ਬੰਦੇ ਨੂੰ ਪੂਰਾ ਪਰਫੋਰਮ ਪੁੱਛੋ ਕਿ ਐਮ ਐਲ ਏ ਦਾ ਕੀ ਪੂਲ ਫਾਰਮ ਕੀ ਆਉਂਦਾ ਬਾਲਿਆਂ ਨੂੰ ਉਹ ਨਹੀਂ ਪਤਾ ਪਰ ਉਹ ਐਮ ਐਲ ਏ ਹੈ ਨੇ ਤੇ ਕਈਆਂ ਬੰਦਿਆਂ ਨੂੰ ਐਮ ਐਲ ਏ ਤੋਂ ਇਲਾਵਾ ਜੀ ਸਾਡੇ 8ਵੀਂ ਤਸਵੀਰ ਪਾਸ ਜਿਹੜੇ ਹੈਗੇ ਨੇ ਉਸ ਐਜੂਕੇਸ਼ਨ ਮਿਨਿਸਟਰ ਬਣ ਜਾਂਦੇ ਉਥੇ ਤਾਂ ਉੱਥੇ ਨਹੀਂ ਜੀ ਕੋਈ ਇਨਸਾਫ ਚਲੋ ਅਸੀਂ ਇਧਰਲੇ ਸਿਸਟਮ ਜਿੱਥੇ ਬਹੁਤ ਸੈਲੂਟ ਕਰਦੇ ਆਂ ਜੀ ਸਿਸਟਮ ਕਰਕੇ ਹੀ ਇਧਰ ਸਾਰਾ ਕੁਝ ਵਧੀਆ ਹੈ ਤੇ ਅਖੀਰ ਦੇ ਵਿੱਚ ਲੋ ਸਭ ਮੈਂ ਚਾਹਾਂਗਾ ਤੁਸੀਂ ਆਪਣੀ ਬੈਕਗ੍ਰਾਉਂਡ ਬਾਰੇ ਥੋੜਾ ਜਿਹਾ ਦੱਸੋ ਸਾਡੇ ਦਰਸ਼ਕਾਂ ਮੇਰਾ ਜੀ ਪਿੰਡ ਢਲਵਾ ਮੈਂ ਡਿਸਟ੍ਰਿਕਟ ਕਪੂਰਥਲਾ ਤੋਂ ਤੇ ਮੈਨੂੰ ਅਮਰੀਕਾ ਵਿਚਾਇ ਨੂੰ ਕੋਈ 36 ਸਾਲ ਹੋ ਗਏ ਵਾਹ ਜੀ ਤੇ ਮੈਂ ਬਹੁਤ ਇਸ ਧਰਤੀ ਦਾ ਬਹੁਤ ਧੰਨਵਾਦ ਕਰਨਾ ਤੇ ਹਮੇਸ਼ਾ ਸੈਲੂਟ ਕਰਦਾ ਕਿ ਜਿੱਥੇ ਇਨਸਾਫ ਹੈ ਜਿੱਤੇ ਇਨਸਾਨੀਅਤ ਦੀ ਕਦਰ ਹੈ ਤੇ ਹਰ ਚੀਜ਼ ਹਰ ਜਗ੍ਹਾ ਨਹੀਂ ਇੱਕ ਇਨਸਾਨ ਨੂੰ ਮਿਲ ਸਕਦੀ ਕੁਝ ਚੱਲਣਾ ਵੀ ਪੈਂਦਾ ਕੁਝ ਵਿਛੋੜਾ ਵੀ ਹੁੰਦਾ ਲੇਕਿਨ ਇੱਕ ਸਹੀ ਪਰਤੱਖ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਮੇਰਾ ਖਿਆਲ ਹੈ ਕਿ ਇਸ ਮੁਲਕ ਦੇ ਵਿੱਚ ਅਗਰ ਸਾਡੇ 6 ਬੰਦਿਆਂ ਦੀ ਜਾਨ ਦੀ ਇਥੋਂ ਤੱਕ ਗਵਰਨਮੈਂਟ ਇਹਨੂੰ ਸਲੂਟ ਕਰਨਾ ਬਣਦਾ ਤੇ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਤੇ ਤੁਹਾਡੇ ਆਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਸਰ ਤੁਹਾਡੀ ਬਹੁਤ ਮਿਹਰਬਾਨੀ ਬਹੁਤ ਵਧੀਆ ਗੱਲਬਾਤ ਹੋਈ ਬਹੁਤ ਭਾਵਕ ਮੂਵਮੈਂਟਸ ਸਗੀਆਂ ਬਣ ਗਈਆਂ ਸੋ ਕੋਈ ਹਾਲਾਂਕਿ ਮੇਰੇ ਪ੍ਰੋਗਰਾਮ ਦਾ ਨਾ ਮੈਨੂੰ ਇੰਨੀ ਸੋਝੀ ਆ ਕਿ ਮੈਂ ਇਸ ਲੈਵਲ ਦੀ ਗੱਲ ਕਰ ਸਕਾਂ ਗੁਰੂ ਘਰ ਬਾਰੇ ਗੁਰੂ ਘਰ ਬਾਰੇ ਗੱਲ ਕਰ ਸਕਾਂ ਪਰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਘਰਾਂ ਵਿੱਚ ਬੈਠੇ ਦਰਸ਼ਕ ਵੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਬ੍ਰੇਕ ਤੋਂ ਬਾਅਦ ਸਾਡੇ ਨਾਲ ਮਹਿਮਾਨ ਹੋਰ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਰਹੋ ਜਸ ਪੰਜਾਬ ਵਾ ਇੰਦਰਜੀਤ ਖਾਲਸਾ ਬ੍ਰਿਕ ਤੋਂ ਬਾਅਦ ਇੱਕ ਵਾਰ ਫਿਰ ਮੈਂ ਸਵਾਗਤ ਕਰਦਾ ਜੀ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਨਾਲ-ਨਾਲ ਸਾਡੇ ਕੋਲ ਇੱਥੇ ਮਹਿਮਾਨ ਜਿਹੜੇ ਆਏ ਨੇ ਸਾਡੇ ਨਿਕੇਜ ਅਸਤੇ ਤੇ ਜਿੰਨੇ ਵੀ ਮਹਿਮਾਨ ਇਕੱਠੇ ਹੋਏ ਆ ਬਹੁਤ ਧੰਨਵਾਦ ਕਰਦੇ ਆ ਗੱਲ ਚੱਲ ਰਹੀ ਹੈ ਜੀ ਗੁਰੂ ਘਰ ਓਕ ਕਰੀਕ ਵਿਸਕான்ਸਨ ਦੇ ਵਿੱਚੋਂ ਔਰ ਇਸ ਗੁਰੂ ਘਰ ਦੀ ਗੱਲ ਜਿੰਨੀ ਕਰ ਲਈਏ ਉਨੀ ਥੋੜੀ ਹੈ ਜਿਹੜਾ ਉਦੋਂ ਹਾਦਸਾ ਵਾਪਰਿਆ ਸੀਗਾ ਔਰ ਸਾਨੂੰ ਮੈਨੂੰ ਨਾਲ-ਨਾਲ ਮੈਸੇਜ ਵੀ ਆ ਰਹੇ ਨੇ ਕਿ ਵੀ ਤੁਸੀਂ ਬਹੁਤ ਵਧੀਆ ਕੰਮ ਜਿਹੜੇ ਇਹ ਕਰ ਰਹੇ ਹੋ ਗੁਰੂ ਘਰ ਦਾ ਇਸ ਬਾਰੇ ਜਾਣਕਾਰੀ ਦੇ ਕੇ ਤੇ ਹੁਣ ਸਾਡੇ ਨਾਲ ਮਹਿਮਾਨ ਜੁੜਨਗੇ ਜੀ ਜਿਹੜੇ ਇਸ ਗੁਰੂ ਘਰ ਦੇ ਨਾਲ ਤਾਂ ਸ਼ੁਰੂ ਤੋਂ ਹੈਗੇ ਹੈਗੇ ਨੇ ਜਦੋਂ ਇੱਥੇ ਗੁਰੂ ਘਰ ਪਹਿਲਾਂ ਸ਼ੁਰੂ ਹੋਇਆ ਸੀਗਾ ਛੋਟਾ ਥੋੜੀ ਜਿਹੀ ਜਗ੍ਹਾ ਤੇ ਉਦੋਂ ਵੀ ਨਾਲ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਗੱਲ ਕਰੀਏ ਤਾਂ ਉਦੋਂ ਵੀ ਜਿੱਦਨੇ ਹਾਦਸਾ ਹੋਇਆ ਇਨਾਂ ਦੇ ਧਰਮ ਪਤਨੀ ਜੀ ਸੀਗੇ ਜਿਹੜੇ ਉਹਨਾਂ ਦੇ ਵੀ ਗੋਲੀ ਲੱਗੀ ਸੀ ਸ਼ਾਇਦ ਬਲਿਹਾਰ ਬਲਹਾਰ ਸਿੰਘ ਦੁਲਾਈ ਸਾਹਿਬ ਜਿਹੜੇ ਕਿ ਸਾਬਕਾ ਪ੍ਰਧਾਨ ਵੀ ਨੇ ਟਰਸਟੀ ਵੀ ਨੇ ਨਾਲ ਨਾਲ ਹੋਰ ਕਾਫੀ ਸੇਵਾ ਕਰਦੇ ਆ ਰਹੇ ਨੇ ਗੁਰੂ ਘਰ ਦੇ ਵਿੱਚ ਸੋ ਜੁੜਦੇ ਆ ਜੀ ਸਰਦਾਰ ਬਲਿਹਾਰ ਸਿੰਘ ਦੁਲਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜਸਪਿੰਧ ਪੀਓ ਸਾਡੇ ਪਾਸ ਸਾਡੇ ਸ਼ਹਿਰ ਆਏ ਹੈਗੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਭ ਨੂੰ ਇੱਕ ਵਾਰੀ ਫੇ ਸਰਦਾਤ ਸ੍ਰੀ ਗੱਲ ਜੀ ਸਰਦਾਤ ਬਲਹਾਰ ਸਿੰਘ ਜੀ ਗੱਲ ਕਿਉਂਕਿ ਹਰ ਮਹਿਮਾਨ ਦੇ ਨਾਲ ਇਹ ਕੋਨ ਦੀ ਕਰਨੀ ਬਣਦੀ ਹੈ ਕੋਈ ਸੀਗੇ ਇੱਥੇ ਕੋਈ ਨਹੀਂ ਸੀਗੇ ਜਦੋਂ ਇਹ ਹਾਦਸਾ ਹੋਇਆ ਸੀ ਗੱਲ ਕਰ ਰਹੇ 5 ਅਗਸਤ 2012 ਦੀ ਹਾਂਜੀ ਤੇ ਤੁਹਾਡੇ ਤੁਹਾਨੂੰ ਕੀ ਲੱਗਦਾ ਉਦੋਂ ਵੀ ਕੀ ਹੋਇਆ ਜਾਂ ਕਿਉਂ ਹੋਇਆ ਇਹਦੇ ਬਾਰੇ ਕੀ ਵਿਚਾਰ ਨੇ ਇਹਦੇ ਬਾਰੇ ਜੀ ਵਿਚਾਰ ਇਹ ਇਹ ਆ ਕਿ ਜਿਸ ਤਰ੍ਹਾਂ ਬਾਅਦ ਵਿੱਚ ਪਤਾ ਲੱਗਾ ਸੀ ਕਿ ਇਹ ਇੱਕ ਹੇਟ ਕ੍ਰਾਈਮ ਗਿਣਿਆ ਗਿਆ ਸੀਗਾ ਤੇ ਇਹ ਜੋ ਇੱਥੇ ਆਦਮੀ ਆਇਆ ਸੀ ਤੇ ਉਹ ਆਦਮੀ ਸਿਰਫ ਉਸ ਐਤਵਾਰ ਨਹੀਂ ਆਇਆ ਸੀ ਅੱਛਾ ਉਹ ਅਸਲ 'ਚ ਉਹ ਵੀਰਵਾ ਵਾਲੇ ਦਿਨ ਸਾਡੇ ਇੱਥੇ ਦੁਕਾਨ ਲੱਗਦਾ ਸੀ ਉਹ ਵੀਰਵਾ ਵਾਲੇ ਦਿਨ ਵੀ ਇੱਥੇ ਆ ਕੇ ਗਿਆ ਸੀ ਅੱਛਾ ਜੀ ਉਹਨੇ ਪਹਿਲਾਂ ਹੀ ਜਾਣਕਾਰੀ ਕੀਤੀ ਸੀਗੀ ਕਿ ਇੱਥੇ ਕੀ ਕੀ ਆ ਹੂੰ ਸੋ ਉਹਨੂੰ ਆਲਰੇਡੀ ਪਤਾ ਸੀਗਾ ਉਹਨੂੰ ਪਤਾ ਸੀ ਉਹਨੇ ਇੱਥੇ ਕੀ ਕਰਨਾ ਤੇ ਫੇਰ ਜ ਆਪਾਂ ਜ ਐਤਵਾਰ ਤੇ ਚੱਲੀਏ ਐਤਵਾਰ ਵਾਲੇ ਦਿਨ ਕੀ ਹੋਇਆ ਸੀ ਕਿ ਉਸ ਉਸ ਦਿਨ ਖੰਡ ਪਾਠ ਦਾ ਪੋਪ ਬਹਿਲਾ ਸੀ ਜੀ ਉਹ ਕਾਰਨ ਇਹ ਸੀ ਕਿ ਉਹ ਖੰਨਵੜ ਦਾ ਪੋ ਉਹ ਤੇ ਜਰਾ ਛੇਤੀ ਪਿਆ ਤੇ ਜਿਹਦੇ ਕਾਰਨ ਜਿਹੜੇ ਆਪਣੇ ਗ੍ਰੰਤੀ ਸਿੰਘ ਸੀਗੇ ਉਹ ਜਦ ਬਾਹਰ ਨਿਕਲੇ ਤੇ ਉਹ ऑलरेडी ਬਾਹਰ ਡੀ ਕਰਿਆ ਸੀਗਾ ਤੇ ਹੋ ਸਕਦਾ ਉਹਦੇ ਦਿਮਾਗ 'ਚ ਆ ਗਿਆ ਹੋਊਗਾ ਕਿ ਪ੍ਰੋਗਰਾਮ ਖਤਮ ਹੋ ਗਿਆ ਕਿ ਜੋ ਮੈਂ ਕੰਮ ਕਰਦਾ ਮੈਂ ਆਪਣਾ ਕੰਮ ਕਰ ਦਵਾਂ ਕਿ ਜਿਹੜਾ ਉਹਨੇ ਪਹਿਲਾਂ ਦੋ ਨੂੰ ਬਾਹਰ ਉਹਨੇ ਗੋਲੀ ਚਲਾਈ ਜੀ ਜਦੋਂ ਉਹਨੇ ਬਾਹਰ ਗੋਲੀ ਚਲਾਈ ਤੇ ਕੁਝ ਬੱਚੇ ਸੀਗੇ ਜਿਹੜੇ ਬਾਹਰ ਉਸ ਟਾਈਮ ਤੇ ਕੇਐਲ ਦੇ ਸੀਗੇ ਜੀ ਤੇ ਉਨੀ ਨਟਕੇ ਆ ਕੇ ਦੱਸਿਆ ਕਿ ਆ ਬਾਅਦ ਸ਼ੂਟਿੰਗ ਹੋ ਰਹੀ ਆ ਤੇ ਹੁਣ ਮੇਰੇ ਮਿਸਿਸ ਉਸ ਟਾਈਮ ਤੇ ਕਿਚਨ ਵਿੱਚ ਬੈਸਿ ਸੀਗੇ ਸੋ ਉਹਨਾਂ ਨੂੰ ਕੋਈ ਪਤਾ ਹੋਵੇਗਾ ਕਿ ਬੱਚਿਆਂ ਨੇ ਇਹ ਕਿਹਾ ਤੇ ਬਾਕੀ ਨੇ ਸਮਝਾਏ ਉਹ ਕਹੇ ਫਾਇਰਵਰਕਸ ਆ ਪਰ ਜਿਆਦਾੋ ਆਦਮੀ ਅੰਦਰ ਆਇਆ ਤੇ ਉਸ ਟਾਈਮ ਤੇ ਜੋ ਆਪਣਾ ਕੀਰਤਨ ਹਾਲ ਆ ਉਹਦੇ ਵਿੱਚੋਂ ਸੰਗਤ ਕੋਈ ਕਿਚਨ ਵੱਲ ਦੇ ਪਾਸੇ ਜਾ ਰਹੀ ਸੀ ਜਦੋਂ ਬੀਬੀਆਂ ਨੇ ਸੇਵਾ ਕਰਨੀ ਸੀਗੀ ਤੇ ਹੁਣ ਆਪਣੇ ਉਸ ਟਾਈਮ ਦੇ ਪ੍ਰਧਾਨ ਸੁਤਮਨ ਸਿੰਘ ਤੇ ਹੋਰ ਨਾਲ ਜਿਹੜੇ ਸੀ ਉਹ ਦੂਸਰੇ ਪਾਸੇ ਜਾ ਰਹੇ ਸੀ ਜੀ ਤੇ ਉਸ ਵੇਲੇ ਜਦ ਕੀਰਤਨ ਹੋਲ ਜੋ ਨਿਕਲੇ ਆ ਤੇ ਇੱਕ ਭੈਣ ਜੀ ਜਿਹਦੇ ਬਾਹ ਤੇ ਗੋਲੀ ਲੱਗੀ ਸੀਗੀ ਤੇ ਹਾਂਜੀ ਤੇ ਅਮਰਜੀਤ ਉਹਨਾਂ ਦੇ ਇੱਥੇ ਗੋਲੀ ਲੱਗੀ ਸੀ ਤੇ ਉਹ ਤਾਂ ਇੰਜਰਡ ਹੋਏ ਸੀ ਜੇ ਦੂਸਰ ਪ੍ਰਮਜੀਤ ਭੈਣ ਜੀ ਸੀਗੇ ਉਹ ਵਾਪਸ ਕੀਰਤਨ ਆਲ ਦੇ ਵਿੱਚ ਜਾ ਕੇ ਐਕਸਾਈਟਡ ਲੁੱਕ ਅਨ ਯ ਕੋਸ਼ ਕੀਤੀ ਪਰ ਉਹ ਗਨਮੇ ਨੇ ਜੇ ਉਹਨੇ ਟੈਚ ਉਹਨਾਂ ਨੂੰ ਦੇਖ ਲਿਆ ਤੇ ਉਹ ਅੰਦਰ ਆਣ ਕੇ ਉਹਨੇ ਉਹਨਾਂ ਨੂੰ ਉੱਥੇ ਗੋਲੀ ਮਾਰੀ ਤੇ ਫੇ ਉਹਨੇ ਜਿੱਤੇ ਬੈਡਰੂਮ ਸੀਗੇ ਉਸ ਜਾ ਕੇ ਉਸ ਸਾਈਡ ਤੇ ਵੀ ਗੋਲੀ ਚਲਾਏ ਸਾਡੇ ਤੇ ਤਬਜੁਰਗ ਸੀਗੇ ਉਹਨਾਂ ਨੇ ਵੀ ਗੋਲੀ ਲੱਗੀ ਉਹ ਕਿਚਨ ਵੱਲ ਗਿਆ ਕਿਚਨ ਵੱਲ ਜਦ ਬੀਬੀਆਂ ਨੇ ਦੇਖਿਆ ਕਿ ਇਹ ਬੰਦਾ ਕਾਊਂਟਰ ਆਇਲੈਂਡ ਬਾਹਰ ਕਾਊਂਟਰ ਤੇ ਉੱਤੇ ਖੜਾ ਗੋਲੀ ਚਲਾ ਰਿਹਾ ਤੇ ਸਾਡੇ ਇੱਕ ਪੈਂਟਰੀ ਛੋਟੀ ਜਿੱਦਾ ਪਹਿਲਾਂ ਵੀ ਵੀ ਜਿੰਨੇ ਦੱਸਿਆ ਹਾਂਜੀ 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 ਤੇ ਤਕਰੀਬਨ 15 ਲੇਡੀਜ਼ ਉਹਦੇ ਵਿੱਚ ਲੁਕੀਆਂ ਤੇ ਉਸ ਟਾਈਮ ਤੇ ਉਹ ਕੁਕਿੰਗ ਸ਼ੁਰੂ ਹੋਈ ਸੀਗੀ ਤੇ ਮੇਰੇ ਮਿਸੇਸ ਤੇ ਇੱਕ ਹੋਰ ਲੇਡੀ ਉਹਨਾਂ ਸੋਚਿਆ ਕਿ ਸਾਡੇ ਗੈਸ ਸਟੋਵ ਚੱਲ ਰਿਹਾ ਸੀ ਉਹਨਾਂ ਬੰਦ ਕਰਿਓ ਬਾਹਰ ਨਿਕਲੇ ਤੇ ਉਹਨੇ ਉਹਨਾਂ ਤੇ ਗੋਲੀ ਚਲਾਈ ਤੇ ਉਸ ਵੇਲੇ ਉਹਨਾਂ ਦੇ ਇੱਕ ਪੈਰ ਤੇ ਗੋਲੀ ਲੱਗੀ ਸੀ ਪਰ ਲੱਕੀਸ਼ ਇਜ਼ ওকে ਹਾਂਜੀ ਚਲੋ ਬਾਕੀ ਤੇ ਜੋ ਹੋਣਾ ਸੀ ਜੀ ਤੇ ਨਾਲ ਦੀ ਨਾਲ ਕਿੰਨੇ ਕ ਦਿਨ ਫਿਰ ਗੁਰੂ ਘਰ ਬੰਦ ਰੱਖਣੇ ਪਿਆ ਸੀ ਫੇ ਕਦੋਂ ਦੁਬਾਰਾ ਹਾਲਾਤ ਜਿਹੜੇ ਨਾਰਮਲ ਹੋ ਗਏ ਇਹ ਜੀ ਇਸ ਤਰ੍ਹਾਂ ਸੀਗਾ ਕਿ ਅਸੀਂ ਇਹ ਸੀਗਾ ਕਿ ਸਾਡਾ ਕੋਈ ਵੀ ਪ੍ਰੋਗਰਾਮ ਨਾ ਰੁਕੇ ਕੰਮ ਵੀ ਹੋ ਜਵੇ ਅਸੀਂ ਇਤਨੇ ਲਾਅਨ ਐਨਫੋਰਸਮੈਂਟ ਨੂੰ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਹੈ ਕਿ ਜਿਨ੍ਹਾਂ ਨੇ ਇੱਥੇ 24 ਘੰਟੇ ਦੇ حساب ਤੇ ਜੋ ਇਨਕੁਆਰੀ ਕਰਨੀ ਕੀਤੀ ਕਰਕੇ ਤੇ ਅਸੀਂ ਵੰਜ ਦੇ ਮਿਡਨਾਈਟ ਮੈਂ ਮੇਰੇ ਨਾਲ ਇੱਕ ਦੋ ਹੋਰ ਤੇ ਅਸੀਂ ਅੰਦਰ ਆਏ ਜਦ ਕਲੀਅਰੈਂਸ ਮਿਲ ਗਈ ਉਹਨ ਨੂੰ ਉਸ ਵੇਲੇ ਜੋ ਅਸੀਂ ਆਪ ਅੱਖਾਂ ਨਾਲ ਜੋ ਅੰਦਰ ਦੇਖਿਆ ਔਰ ਹੋਰ ਕਿਸੇ ਸੰਗ ਨੇ ਨਹੀਂ ਦੇਖਿਆ ਤੇ ਕੀ ਉਦੋਂ ਫਿਰ ਬਹੁਤ ਮਾਹੌਲ ਹੋਏਗਾ ਕਿਉਂਕਿ ਗੋੜੀਆਂ ਲੱਗੀਆਂ ਖੂਨ ਵੀ ਬਿਲਕੁਲ ਜੀ ਖੂਨ ਵੀ ਕੰਦਾ ਤੇ ਖੂਨ ਸਿਗਾ ਜੀ ਲੱਗਾ ਹੋਇਆ ਤੇ ਫਲੋਰ ਤੇ ਤੇ ਪਰ ਉਹ ਗੱਲ ਇਹ ਸੀਗੀ ਕਿ ਜਿਸ ਤਰ੍ਹਾਂ ਮੈਨੂੰ ਇਨਫਰਮੇਸ਼ਨ ਮਿਲਦੀ ਰਹੀ ਸੀਗੀ ਤੇ ਕੋਈ ਸੱਤ ਕੰਟਰੈਕਟਰ ਮੰਡੇ ਤੋਂ ਹੀ ਗੱਲਬਾਤ ਮਕਾਨੀ ਸ਼ੁਰੂ ਕਰਤੀ ਸੀ ਕਿ ਜਿੰਨੇ ਕਿਸਨੇ ਕੋਈ ਕਾਰਪੈਂਟ ਚੇਕ ਕਰਨੇ ਆਂ, ਗਲੇਸ ਚੇਕ ਕਰਨਾ, ਜਿੰਦੇ ਭੱਜੇ ਸੀਗੇ, ਦਰਵਾਜ਼ੇ ਭੱਜੇ ਸੀਗੇ ਤੇ ਜਿੰਨਾ ਜਿੰਨਾ ਨੁਕਸਾਨ ਆ ਕਿਨੇ ਪੈਂਟ ਕਰਨਾ ਕੋਈ ਡਰਾਈ ਵਾਲਰ ਸਭ ਨੂੰ ਰੈਡੀ ਕੀਤਾ ਸੀਗਾ ਜਦ ਮੈਨੂੰ ਪਤਾ ਲੱਗਾ ਸੀ ਕਿ ਇਹ ਗੁਰੂ ਘਰ ਦਾ ਹੁਣ ਓਕੇ ਆ ਸਵੇ ਨੂੰ 7 ਵਜੇ ਵੀਰਵਾ ਵਾਲੇ ਦਿਨ ਸਭ ਨੂੰ ਖੋਹ ਕੀਤੇ 9 ਤੋਂ ਪਹਿਲਾਂ ਪਹਿਲਾਂ ਉਹ ਜਿੰਨੇ ਕੌਂਟਰੈਕਟ ਸਾਰੇ ਇੱਥੇ ਪਹੁੰਚ ਗਏ ਇੱਕ ਦਿਹਾੜੀ ਦੇ ਵਿੱਚ ਸਭ ਨੇ ਆਪਣਾ ਕੰਮ ਕਰਤਾ ਤੇ ਸ਼ਾਮ ਨੂੰ ਵੀਰਵਾ ਵਾਲੇ ਦਿਨ ਸਾਡੇ ਸੁਖਮਨੀ ਸਾਹਿਬ ਪਾਠ ਸਾਡੇ ਲੰਗਰ ਹਾਲ ਦੇ ਵਿੱਚ ਰੰਮ ਹੋ ਗਿਆ ਵਾਜੀ ਚਲੋ ਸੰਗਤ ਦਾ ਸਹਿਯੋਗ ਆ ਜੀ ਸੰਗਤ ਦੀ ਹਿੰਮਤ ਆ ਸਾਰੀ ਤੇ ਅੱਛਾ ਜੀ ਨਾਲ ਨਾਲ ਚਲੋ ਇਹ ਮਾਹੌਲ ਤਾਂ ਬੜਾ ਬੜਿਆ ਹੋਇਆ ਪਰ ਅਸੀਂ ਇੱਕ ਗੁਰੂ ਘਰਾਂ ਦੀ ਗੱਲ ਜਿਵੇਂ ਇੱਥੋਂ ਦਾ ਦੇਖਿਆ ਮਾਹੌਲ ਮੈਂ ਵਿਸ਼ਕੰਸਨ ਦਾ ਮਾਹੌਲ ਦੇਖਿਆ ਬਹੁਤ ਵਧੀਆ ਗੁਰੂ ਘਰਾਂ ਦੇ ਵਿੱਚ ਏਕਾ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਤਕਰੀਬਨ ਰਹਿੰਦੇ ਨੇ ਤੇ ਅਸੀਂ ਮੈਂ ਜ਼ਰੂਰ ਜਿੱਥੇ ਇਦਾਂ ਦਾ ਮਾਹੌਲ ਹੋਏ ਮੈਂ ਪੂਰੀ ਦੁਨੀਆ ਦੇ ਵਿੱਚ ਜ਼ਰੂਰ ਉਹਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਉਹਨਾਂ ਤੋਂ ਆਕੇ ਬਾਕੀ ਗੁਰੂ ਘਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਥੋੜੀ ਬਹੁਤ ਇੱਥੋਂ ਸਿੱਖਿਆ ਲੈਣ ਅਸੀਂ ਉਹਨਾਂ ਗੁਰੂ ਘਰਾਂ ਦੀ ਗੱਲ ਕਰਾਂ ਕਿਸੇ ਦਾ ਨਾਂ ਨਹੀਂ ਲਵਾਂਗੇ ਜਿਨ੍ਹਾਂ ਦੇ ਵਿੱਚ ਇਹ ਇਲੈਕਸ਼ਨਾਂ ਹੁੰਦੀਆਂ ਨੇ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖਰਚਾ ਕਰਦੇ ਹੁੰਦਾ ਫਿਰ ਉਹਨਾਂ ਗੁਰੂ ਘਰਾਂ ਦੇ ਵਿੱਚ ਕੇਸ ਚੱਲਦੇ ਨੇ ਖਾਸ ਤੌਰ ਤੇ ਜਿੰਨਾਂ ਗੁਰੂ ਘਰਾਂ ਦੇ ਉਹਨਾਂ ਦੀ ਇਸ ਮੈਂ ਗੱਲ ਕਰਨੀ ਚਾਹਣਾ ਵੀ ਸੰਗਤ ਦਾ ਹੀ ਪੈਸਾ ਜਾਂਦਾ ਕੋਰਟਾਂ ਦੇ ਮੂੰਹ ਹੈ ਅਸੀਂ ਮੈਂ ਨਿਊਯਾਰਕ ਸੀਗਾ ਜਾਂ ਵੈਨਕੂਵਰ ਕੈਨੇਡਾ ਦੀ ਵੀ ਬਹੁਤ ਸਾਰੇ ਕੇਸ ਦੇਖੇ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਕੇਸ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਇੱਥੋਂ ਇਹ ਮੇਰਾ ਸੁਨੇਹਾ ਇਹੀ ਆ ਜੀ ਦੇਖੋ ਪਹਿਲੀ ਗੱਲ ਆ ਜੋ ਬੇਸਿਕ ਆ ਆਪਰੇ ਸਿੱਖ ਰਿਲੀਜਨ ਦੀ ਉਹ ਕੀ ਆ ਜੀ ਸਿੱਖਣਾ ਸਿੱਖਣਾ ਮਤਲਬ ਕੀ ਆ ਸਿੱਖਣਾ ਜੀ ਤੇ ਕੀ ਗੁਰੂ ਘਰ ਜਾ ਕੇ ਸਿੱਖਿਆ ਕਿ ਅਸੀਂ ਕੋਟਾ ਜੀ ਆਣਾ ਹੂੰ ਤੁਨ ਬਾਣੀ ਨੇ ਕੀ ਸਮਝਾਇਆ ਜੇ ਤੁਸੀਂ ਆਪਸੇ ਵਿੱਚ ਸਮਝੋਤੇ ਨਾਲ ਇੱਕ ਵਾਰ ਇੱਕ ਨੂੰ ਚੁਣ ਲਓ ਦੂਜੀ ਵਾਰ ਦੂਜੇ ਨੂੰ ਚੁਣ ਲਓ ਤੇ ਕੋਟਾ ਤਾਂ ਨਾ ਜਾਓ ਆਪਣੀ ਜੋ ਵੀ ਸੰਗਤ ਹੈਗੀ ਆ ਸੰਗ ਤੁਹਾਡੇ ਨਾਲ ਕਿਦਾਂ ਜੁੜ ਸਕਦੀ ਆ ਜੀ ਇਸੇ ਤਰ੍ਹਾਂ ਹੋ ਸਕਦੀ ਆ ਪਿਆਰ ਦੇ ਨਾਲ ਇਹ ਇਹੀ ਕਹਿਣਾ ਕਿ ਜਿਹੜੇ ਲਕਸ਼ਣ ਆ ਗੁਰੂ ਘਰਾਂ ਦੇ ਵਿੱਚ ਹੁੰਦੇ ਉਹਨਾਂ ਨੂੰ ਬੰਦ ਕਰੋ ਇਹ ਸਾਡੇ ਗੁਰੂ ਘਰਾਂ ਇੱਥੇ ਕਦੇ ਲਕਸ਼ਣ ਨਹੀਂ ਹੋਇਆ ਸਾਡੇ ਬਰੁਖਪੁਰ ਗੋਦਵਾਰਾ ਜਦੋਂ ਅਸੀਂ ਇਹ ਸ਼ੁਰੂ ਹੋਇਆ 1978 ਕੋਈ ਲਕਸ਼ਣ ਨਹੀਂ ਹੋਇਆ ਜੀ ਕੋਈ ਲੜਾਈ ਨਹੀਂ ਹੋਈ ਕੋਈ ਕੋਰਚ ਨਹੀਂ ਗਿਆ ਜੇ ਇੱਥੇ ਹੋ ਸਕਦਾ ਤੇ ਤੁਹਾਡੇ ਕਿਉਂ ਨਹੀਂ ਹੋ ਸਕਦਾ ਜੀ ਚਲੋ ਪਰਮਾਤਮਾ ਐਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਜੀ ਨਦਰਵੀਰ ਲੱਗ ਜਾਂਦੀ ਹੁੰਦੀ ਹੈ ਇਹੋ ਜਿਹਾ ਕੁਝ ਨਾ ਹੋਵੇ ਅਸੀਂ ਵੀ ਇਹ ਅਰਦਾਸ ਕਰਦੇ ਆਂ ਬਾਕੀ ਵੀ ਪੂਰੀ ਦੁਨੀਆ ਦੇ ਵਿੱਚ ਜਿੰਨੇ ਗੁਰੂ ਘਰ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਇਹ ਹੀ ਬੇਨਤੀ ਕਰਦੇ ਆਂ ਕਿ ਸੰਗਤ ਦਾ ਜਿਹੜਾ ਹੈਗਾ ਸੰਗਤ ਵਰਨੀ ਸਾਰਾ ਕੁਝ ਹੁੰਦਾ ਤੇ ਉਹ ਚੰਗੇ ਕੰਮਾਂ ਤੇ ਵੀ ਲਾਇਆ ਜਾਵੇ ਕੁਝ ਨਾ ਕੁਝ ਗਿਆਨ ਵੰਡਿਆ ਜਾਵੇ ਜੀ ਸਾਡੇ ਬੱਚੇ ਜਿਹੜੇ ਨੇ ਕਈ ਵਾਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਸੀਂ ਇਹ ਵੀ ਇੱਕ ਬਹੁਤ ਅਹਿਮ ਸੋਚਣ ਵਾਲੀ ਗੱਲ ਹੈਗੀ ਆ ਕਿ ਅਸੀਂ ਨਗਰ ਕੀਰਤਨ ਕਰਦੇ ਆਂ ਜੀ ਅਸੀਂ ਜੂਬਾ ਸਿਟੀ ਨਗਰ ਕੀਰਤਨ ਦੇ ਅਸੀਂ ਹਰ ਸਾਲ ਲਾਈਵ ਕਰਦੇ ਆਂ ਹਾਂਜੀ ਅਸੀਂ ਉਹਦੇ ਜਦੋਂ ਬੱਚਿਆਂ ਨੂੰ ਪੁੱਛਦੇ ਆਂ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗਦੀ ਨੂੰ ਸਮਰਪਿਤ ਹੁੰਦਾ ਹੈ ਉਹ ਪ੍ਰੋਗਰਾਮ ਸਾਰਾ ਹਾਂਜੀ ਜਦੋਂ ਬੱਚਿਆਂ ਨੂੰ ਪੁੱਛਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਹਾਂਜੀ ਵੀ ਅੱਜ ਕਾਹਦਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਇੱਕ ਆਮ ਜੀ ਹੈਗਾ ਵੀ ਆਏ ਇੱਥੇ ਗੁਰੂ ਘਰ ਇੱਥੇ ਚੱਲੋ ਲੰਗਰ ਸ਼ਗਨਮ ਨਗਰ ਕੀਰਤਨ ਹੈਗਾ ਇਹ ਇਹਦੇ ਵਾਸਤੇ ਪੇਰੈਂਟਸ ਜਿਹੜੇ ਹੈਗੇ ਨੇ ਮਾਪਿਆਂ ਨੂੰ ਜ਼ਰੂਰ ਤੁਸੀਂ ਆਪ ਦੇ ਦੋ ਸ਼ਬਦ ਕਹੋ ਵੀ ਭਾਈ ਇਹ ਬੱਚਿਆਂ ਨੂੰ ਕਿਹੜੀ ਇਵੈਂਟ ਹੁੰਦੀ ਕੋਈ ਗੁਰਪੁਰਬ ਹੁੰਦਾ ਉਹਦੇ ਬਾਰੇ ਇਤਿਹਾਸ ਜ਼ਰੂਰ ਦੱਸਣ ਮੈਂ ਇਹ ਜੀ ਗੱਲ ਜ਼ਰੂਰ ਕਹੂੰਗਾ ਕਿ ਜਿੱਦਾਂ ਵੀ ਜੀ ਕਹ ਰਹੇ ਹੈਗੇ ਆ ਕਿ ਇਹ ਜੋ ਵੀ ਆ ਜੋ ਸਿੱਖਿਆ ਇਹ ਘਰੋਂ ਸ਼ੁਰੂ ਹੁੰਦੀ ਆ ਜੀ ਇਹ ਮਾਂ ਬਾਪ ਦਾ ਫਰਜ਼ ਆ ਮਾਂ ਬਾਪ ਇਹ ਨਾ ਸਮਝਣ ਕਿ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰੇ ਚੀ ਸਿੱਖਣਾ ਹੂੰ ਜਿੱਦਾਂ ਦਾ ਤੁਸੀਂ ਘਰੋਂ ਬੱਚੇ ਨੂੰ ਸਕਾਲੂਗੇ ਬੱਚਾ ਉਸੇ ਤਰ੍ਹਾਂ ਗਰੋ ਹੁੰਦਾ ਜਿੱਦਾਂ ਤੁਸੀਂ ਬੂਟੇ ਨੂੰ ਪਾਣੀ ਪਾ ਕੇ ਵੱਡਾ ਕਰੋਗੇ ਉਹ ਉਸੇ ਤਰ੍ਹਾਂ ਗਰੋ ਹੁੰਦਾ ਜਿੰਨਾ ਟਾਈਮ ਤੁਸੀਂ ਇਹ ਪੈਲ ਨਹੀਂ ਖਿੱਚਦੇ ਤੁਹਾਡੇ ਬਾਅਦ ਤੇ ਗੁਰੂ ਘਰ ਕੁਝ ਨਹੀਂ ਕਰ ਸਕਦਾ ਗੁਰੂ ਘਰ ਤੁਹਾਡੀ ਸੇਵਾ ਤੁਹਾਡੇ ਨਾਲ ਤੁਹਾਡੇ ਨਾਲ ਸਹਾਇ ਹੋ ਸਕਦਾ ਉਹ ਵੀ ਉਸੋਂ ਹੋ ਸਕਦਾ ਕਿ ਜੇ ਤੁਸੀਂ ਬੱਚੇ ਨੂੰ ਪਹਿਲਾਂ ਸਹੀ ਤਰੀਕੇ ਨਾਲ ਉਹਨੂੰ ਸਹੀ ਤਰ੍ਹਾਂ ਹਾਂਜੀ ਬਿਲਕੁਲ ਜੀ ਬਚਪਨ ਤੋਂ ਉਹਨੂੰ ਤੁਸੀਂ ਸਿੱਖਿਆ ਦੇਵੋ ਜੀ ਅਸੀਂ ਜਦੋਂ ਫਿਰ ਵੱਡੇ ਹੋਏ ਨੂੰ ਕਹਿੰਦੇ ਹਾਂ ਕੋਸ਼ਿਸ਼ ਕਰਦੇ ਉਦੋਂ ਬੱਚੇ ਮੰਨਦੇ ਨਹੀਂ ਸੋ ਬਹੁਤ ਹੀ ਵਧੀਆ ਤੁਹਾਡਾ ਸੁਨੇਹਾ ਜੀ ਗੁਰੂ ਘਰ ਵੱਲੋਂ ਵੀ ਇਸ ਤੋਂ ਦੀ ਕਮੇਟੀ ਵੱਲੋਂ ਵੀ ਇੱਥੋਂ ਦੀ ਸੰਗਤ ਵੱਲੋਂ ਵੀ ਪੂਰੀ ਦੁਨੀਆ ਦੇ ਵਿੱਚ ਬਲਿਹਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਬਹੁਤ ਵਧੀਆ ਗੱਲਾਂ ਸਾਡੇ ਦਰਸ਼ਕਾਂ ਵਾਸਤੇ ਕੀਤੀਆਂ ਮਿਹਰਬਾਨੀ ਜੀ ਬਹੁਤ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਬ੍ਰੇਕ ਲੈਨੇ ਜੀ ਆਖਰੀ ਸੈਗਮੈਂਟ ਹੋਏਗਾ ਉਹਦੇ ਚ ਵੀ ਸਾਡੇ ਨਾਲ ਮਹਿਮਾਨ ਜੁੜਨਗੇ ਦਿਖਦੇ ਆ ਕਿਹੜੇ ਮਹਿਮਾਨ ਜੁੜਦੇ ਨੇ ਤੁਸੀਂ ਦੇਖਦੇ ਰਹੋ ਜਸਪਿੰਦਰ ਜੀ ਅ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰੇ ਜੀ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈਗਾ ਉਹ ਕ੍ਰੀਕ ਗੁਰੂ ਘਰ ਤੋਂ ਅਸੀਂ ਪ੍ਰੋਗਰਾਮ ਤੁਹਾਡੇ ਰੂਬਰੂ ਕੀਤਾ ਹੈ ਬ੍ਰੇਕ ਤੋਂ ਪਹਿਲਾਂ ਕਾਫੀ ਔਖਾ ਸੀ ਪ੍ਰੋਗਰਾਮ ਖਾਸ ਤੌਰ ਤੇ ਮੇਰੇ ਵਾਸਤੇ ਪਰ ਹੁਣ ਅਸੀਂ ਪ੍ਰੋਗਰਾਮ ਨੂੰ ਥੋੜਾ ਜਿਹਾ ਕੋਸ਼ਿਸ਼ ਕਰਾਂਗੇ ਜੀ ਜਾਣਕਾਰੀ ਵੈਸੇ ਜਨਰਲ ਜਿਹੜੀ ਹੈਗੀ ਆ ਉਹ ਤੁਹਾਡੇ ਵਾਸਤੇ ਹਾਸਲ ਕਰੀਏ ਕਿਉਂਕਿ ਜਸ ਪੰਜਾਬੀ ਤੇ ਜਾਂ ਮੇਰੇ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਦਾ ਵੀ ਜਿਹੜਾ ਵੱਖਰਾ ਰੰਗ ਹੈਗਾ ਤੁਸੀਂ ਦੇਖਿਆ ਬਿਲਕੁਲ ਹੀ ਵੱਖਰਾ ਰੰਗ ਮੇਰੇ ਹੁਣ ਤੱਕ ਕੀਤੇ ਹੋਏ 8-9 ਸਾਲ ਦੇ ਪ੍ਰੋਗਰਾਮਾਂ ਵਿੱਚ ਸਭ ਤੋਂ ਵੱਖਰਾ ਰੰਗ ਤੁਸੀਂ ਬ੍ਰੇਕ ਤੋਂ ਪਹਿਲਾਂ ਦੇਖਿਆ ਹੁਣ ਮਹਿਮਾਨ ਜਿਹੜੇ ਸਾਡੇ ਇੱਥੇ ਆ ਗਏ ਨੇ ਇਹਨਾਂ ਨਾਲ ਗੱਲ ਕਰਦੇ ਆਂ ਵੈਸੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬੜੇ ਫਿਲਮੀ ਹੀਰੋ ਟਾਈਪ ਲੱਗਦੇ ਸੀ ਫਿਲਮਾਂ ਫੁਲਮਾਂ ਹੀ ਕਰਦੇ ਕੰਮ ਨਹੀਂ ਜੀ ਨਹੀਂ ਹਾਂਜੀ ਕੀ ਨਾਮ ਕੀ ਤੁਹਾਡਾ ਟਾਈਗਰ ਸਿੰਘ ਜੀ ਉਹ ਆਹ ਦੇਖੋ ਜੀ ਪਿ ਵਾਕਿਆ ਹੀ ਹੈਗੇ ਵਾਕਿਆ ਤੁਸੀਂ ਲੱਗਦੇ ਹੋ ਟਾਈਗਰ ਤੇ ਕਿਹੜਾ ਏਰੀਆ ਆਪਣਾ ਜੀ ਮੈਂ ਜਲੰਧਰ ਪੰਜਾਬ ਤੋਂ ਜੀ ਅੱਛਾ ਜੀ ਤੇ ਕਿੰਨੀ ਦੇਰ ਹੋ ਗਈ ਇੱਥੇ ਮੈਂ ਜੀ 2007 ਚ ਆਇਆ ਸੀ ਜੀ ਇੱਥੇ ਜੀ ਹਾਂਜੀ ਤੇ ਗਾਣਾ ਗੁਣਾ ਵੀ ਗਾ ਲੈਂਦੇ ਕਿ ਨਹੀਂ ਲੱਗਦਾ ਹਾਂਜੀ ਹਾਂਜੀ ਬਿਲਕੁਲ ਜੀ ਮੈਨੂੰ ਕਿ ਪਤਾ ਲੱਗ ਜਾਂਦਾ ਜੀ ਪਹਿਲਾਂ ਹੀ ਲੱਗਦਾ ਵੀ ਤੁਸੀਂ ਪਹਿਲਾਂ ਜ਼ਰੂਰ ਵਾਲ ਜੀ ਜੀ ਬੀ ਆਰ ਕੇ ਰੱਖੇ ਹੋਣੇ ਬਿਲਕੁਲ ਜੀ ਮੈਂ ਪ੍ਰੋਫੈਸ਼ਨਲ ਸਿੰਗਿੰਗ ਵੀ ਕੀਤੀ ਹੈ ਜੀ ਉਹ ਵੈਰੀ ਗੁੱਡ ਹਾਂਜੀ ਅੱਛਾ ਮੈਂ ਠੀਕ ਹੈ ਫਿਰ ਤਾਂ ਜ਼ਰੂਰ ਜੀ ਸਾਡੇ ਦਰਸ਼ਕਾਂ ਵਾਸਤੇ ਕੁਝ ਦੋ ਲਾਈਨਾਂ ਕਿਸੇ ਵੀ ਤੁਹਾਡੇ ਮਨਪਸੰਦ ਫੋਨ ਇੱਥੇ ਗੁਰੂ ਘਰ 'ਚ ਬੈਠੇ ਇਸ ਵਾਸਤੇ ਗਾਣਾ ਥੋੜਾ ਜਿਆਦਾ ਨਹੀਂ ਕੋਈ ਵੀ ਦੋ ਲਾਈਨਾਂ ਆਪਾਂ ਤਾਂ ਬੇਸਮੈਂਟ ਦੇ ਵਿੱਚ ਬੈਠੇ ਗੁਰੂ ਘਰ ਮਹਾਰਾਜ ਜਰ ਮੈਂ ਥੋੜਾ ਜਿਆਦਾ ਹਾਂਜੀ ਸੋਣੀਏ ਜੇ ਤੇਰੇ ਨਾਲ ਦਗ ਮੈਂ ਕਮਾਵਾ ਨੀ ਰੱਬ ਕਰੇ ਮੈਂ ਮਰ ਜਾਵਾ ਦੁਨੀਆ ਤੋਂ ਡਰ ਕੇ ਜੇ ਤੈਨੂੰ ਛੱਡ ਜਾਵਾ ਨੇ ਰੱਬ ਕਰੇ ਮੈਂ ਮਰ ਜਾ ਤਾੜੀਆਂ ਹੁਣ ਤਾਂ ਬਣਦੀਆਂ ਜੀ ਬਹੁਤ ਟਾਈਗਰ ਜੀ ਸੱਚੀ ਬੁੱਚੀ ਬਹੁਤ ਵਧੀਆ ਆਵਾਜ਼ ਹੈਗੀ ਔਰ ਮੈਂ ਤੁਹਾਡਾ ਨੰਬਰ ਲਊਗਾ ਆਪਣਾ ਵੀ ਦੇ ਕੇ ਜਾਊਗਾ ਤੇ ਅਸੀਂ ਪਤਾ ਕਿ ਹੁਣ ਜਿਹੜੀ ਕਲਾ ਛੂਪੀ ਹੋਈ ਹੈ ਫਿਰ ਅਸੀਂ ਕਈ ਜਿਹੜੇ ਨਲਕਾ ਪਾਣੀ ਨਾ ਨਾ ਗੇੜੀ ਤੇ ਪਾਣੀ ਛੱਡ ਜਾਂਦਾ ਫਿਰ ਉਹਦੇ ਚ ਉੱਪਰ ਪਾਣੀ ਪਾਉਣਾ ਪੈਂਦਾ ਪਿੰਡਾਂ ਚ ਪਾਉਂਦੇ ਰਹੇ ਆ ਤੇ ਫਿਰ ਥੋੜੀ ਦੇਰ ਗਿਰ ਕੇ ਸਾਫ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੁਣ ਇਸ ਤੋਂ ਪਹਿਲਾਂ ਕਿ ਤੁਹਾਡੇ ਗਾਇਕੀ ਵਾਲੇ ਨਲਕਾ ਪਾਣੀ ਛੱਡ ਜਵੇ ਤੇ ਅਸੀਂ ਤੁਹਾਨੂੰ ਹਰ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਲੈ ਕੇ ਆ ਕਰ ਮਿਹਰਬਾਨੀ ਥੈਂਕ ਤਾਰਕਨਾਂ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਜੀ ਸਰ ਤੇ ਕੀ ਸ਼ੁਗਲ ਮੇਲਾ ਜੀ ਇੱਥੇ ਜੇ ਮੈਂ ਲਾਈਟਿੰਗ ਦਾ ਕੰਮ ਹੈ ਮੇਰਾ LED ਲਾਈਟਸ ਐਂਡ ਸਾਈਨ ਦਾ ਵਾਹ ਜੀ ਵਾਹ ਤੇ ਕਿੱਥੋਂ ਤੱਕ ਮਾਰ ਹੈਗੀ ਆਪਣੀ ਕਿੱਥੋਂ ਤੱਕ ਕਰਦੇ ਨੇ ਲਾਇਓ ਨੇ ਸਾਈਨ ਅਸੀਂ ਇਲਨੋਇਸ ਵਿਸਕੋਂਸਨ ਦੋ ਸਟੇਟਾਂ ਚੰਗੇ ਅੱਛਾ ਤੇ ਕੀ ਕਹਿਣਾ ਚਾਹੁੰਦੇ ਇੱਥੇ ਆਪਣੀ ਪੰਜਾਬੀ ਕਮਿਊਨਿਟੀ ਬਾਰੇ ਕਿਸ ਤਰ੍ਹਾਂ ਦੇ ਕੰਮ ਕਰਨੇ ਦੇਖੋ ਜੀ ਪੰਜਾਬੀ ਕਮਿਊਨਿਟੀ ਸਾਡੀ ਜਿਹੜੀ ਇੱਥੇ ਵਿਸਕੋਂਸਨ ਦੇ ਵਿੱਚ ਇਹਨਾਂ 'ਚ ਬਹੁਤ ਪ੍ਰੇਮ ਪਿਆਰ ਹੈ ਸ਼ਰੂ ਤੋਂ ਤਾਂ ਅਸੀਂ ਇੱਦਾਂ ਬਣਾ ਕੇ ਰੱਖਿਆ ਆਪਣੇ ਸਾਰੇ ਮਿੱਤਰਾਂ ਪਿਆਰਾਂ ਨਾਲ ਤੇ ਤੁਹਾਨੂੰ ਤਾਂ ਨੂੰ ਕੋਈ ਸ਼ਿਕਾਇਤ ਗਾਉਣ ਗੋਣ ਦੀ ਨਹੀਂ ਜੀ ਮੇਰ ਮਿਹਰਬਾਨੀ ਜੀ ਮਿਹਰਬਾਨੀ ਬੈਠੋ ਜੀ ਹਾਂਜੀ ਆਪਣੇ ਕੋ ਸਮਾਂ ਥੋੜਾ ਨਹੀਂ ਤੇ ਮੈਂ ਤਾਂ ਚਾਹੁੰਦਾ ਸੀ ਵੀ ਅਸੀਂ ਪੂਰਾ ਪ੍ਰੋਗਰਾਮ ਇਸ ਜੀ ਜੀ ਹਾਂਜੀ ਨਾਮ ਦੱਸ ਦਿਓ ਆਪਣਾ ਮੇਰਾ ਨਾਮ ਜੱਗੀ ਸਿੰਘ ਕੋਤੜਾ ਜੀ ਜੱਗੀ ਸਿੰਘ ਕੋਤੜਾ ਜੀ ਮਿਲਾਓ ਹੱਥ ਜੀ ਮੈਂ ਕੋਤੜਾ ਨਹੀਂ ਹਾਂ ਪਰ ਜੱਗੀ ਸਿੰਘ ਜੱਗੀ ਜ਼ਰੂਰ ਹਾਂ ਤੇ ਜੱਗੀ ਸੇ ਜੱਗੀ ਮਿਲੇ ਕਰ ਕਰ ਲੰਬੇ ਹੱਥ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਚੋਗਲ ਮੇਲਾ ਤੇ ਆਪਣਾ ਮੇਰਾ ਜੀ ਟਰਕਿੰਗ ਦਾ ਅੱਛਾ ਟਰਕਿੰਗ ਦਾ ਹਾਂ ਜੀ ਟਰਕਿੰਗ ਦਾ ਤੇ तकरीबन ਆਪਣੇ ਪੰਜਾਬੀਆਂ ਦੇ ਹੋਰ ਕਿਹੜੇ ਕਿਹੜੇ ਕਾਰੋਬਾਰ ਨੇ ਜਾਦਾ ਲਿਕਰ ਸਟੋਰ ਗਰੋਸਰੀ ਸਟੋਰ ਟਰਕਿੰਗ ਤੇ ਕੁਝ ਮੈਡੀਕਲ ਲੈਣ ਚ ਵੀ ਹੈਗੇ ਪੁਰਾਣੇ ਬੰਦੇ ਹੈਗੇ ਨੇ ਠੀਕ ਹੈ ਜੀ ਹਾਂ ਜੀ ਤੇ ਕੀ ਕਹਿਣਾ ਚਾਹੋ ਜੀ ਆਪਣੇ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਬੱਸ ਜੀ ਇਹੋ ਹੀ ਪੰਜਾਬੀ ਦੀ ਸੇਵਾ ਕਰੋ ਬੱਚਿਆਂ ਨੂੰ ਵੀ ਪੰਜਾਬੀ ਸਿਖਾਓ ਬੱਚਿਆਂ ਨੂੰ ਗੁਰਸਿੱਖੀ ਨਾਲ ਵੀ ਜੋੜੋ ਬਸ ਇਹੋ ਹੀ ਬੇਨਤੀ ਹੈ ਸਾਰਿਆਂ ਦੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਥੈਂਕ ਯੂ ਇਹ ਸੁਨੇਹਾ ਦੇਣ ਵਾਸਤੇ ਬੈਠੋ ਜੀ ਤੁਸੀਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਜਿੰਦੀ ਹੈ ਜੀ ਆ ਜਿੰਦੀ ਸਾਹਿਬ ਕਾਫੀ ਨਾਮ ਤੁਹਾਡਾ ਸੁਣਿਆ ਆਪਾਂ ਕਾਫੀ ਹਾਂਜੀ ਮਿਲਦੇ ਗਿਲਦੇ ਵੀ ਰਹਿੰਦੇ ਹੁੰਦਾ ਤਾਂ ਹਾਂਜੀ ਹਾਂਜੀ ਸਾਡੇ ਦਰਸ਼ਕਾਂ ਨੂੰ ਨਾਮ ਦੱਸਣਾ ਜ਼ਰੂਰੀ ਆਪਣਾ ਕੀ ਸ਼ੁਕਰ ਮਿਲਦਾ ਇੱਥੇ ਆਪਾਂ ਇਹ ਲਿਕਸਟੋਰ ਗੈਸਟ ਹੈ ਜੀ ਅੱਛਾ ਜੀ ਹਾਂਜੀ ਤੇ ਵਧੀਆ ਕੰਮ ਕਰ ਠੀਕ ਹੈ ਜੀ ਕਿੰਨੀ ਕਿ ਆਪਣੀ ਟੋਟਲ ਕਮਿਊਨਿਟੀ ਜਿਹੜੀ ਹੈਗੀ ਆ ਕਿ ਕੋਈ ਸਰਵਿਸ ਜੌਬ ਵਿੱਚ ਵੀ ਹੈਗੇ ਨੇ ਲੋਕ ਜਾਂ ਸਿਰਫ ਬਿਜ਼ਨਸ ਦੇ ਵਿੱਚ ਨੇ ਨਹੀਂ ਬਿਜ਼ਨਸ 'ਚ ਵੀ ਨੇ ਸਰਵਿਸ ਜੌਬ 'ਚ ਨਹੀਂ ਹੈਗੇ ਜੀ ਤੇ ਮੋਸਟਲੀ ਆਪਣੇ ਵਿਸਕਾਂਤਨ ਮਲਵਾਕੀ ਦੇ ਵਿੱਚ ਲੋਕ ਮੋਸਟਲੀ ਬਿਜ਼ਨਸ ਦੇ ਵਿੱਚ ਹੈ ਜੀ ਹਾਂਜੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਕੋਈ ਕੁਝ ਗਾ ਕੇ ਤਾਂ ਜਾਂ ਕਿਦਾਂ ਦਾ ਨਹੀਂ ਗਾਇਤ ਅੱਛਾ ਜੀ ਨਹੀਂ ਕਬੱਡੀ ਵਗੈਰਾ ਖੇਡਦੇ ਰਹੋ ਨਹੀਂ ਨਹੀਂ ਜੀ ਕੋਈ ਅੱਛਾ ਜੀ ਲੱਗਦਾ ਸਿਹਤ ਨਹੀਂ ਨਹੀਂ ਇਸੇ ਕੁਝ ਨਹੀਂ ਕਰਦੇ ਜੀ ਬਸ ਜੀ ਠੀਕ ਹੈ ਜੀ ਸੁਨੇਹਾ ਜੀ ਪੂਰੀ ਦੁਨੀਆ ਸੁਨੇਹਾ ਬਾਜੀ ਸਾਰਿਆਂ ਨੂੰ ਇਹੀ ਹੈ ਜੀ ਪੰਜਾਬੀ ਨੇ ਪੰਜਾਬੀ ਦੇ ਹਾਂਜੀ ਚੜਦੀ ਕਲਾ ਰਹਿਣ ਜੀ ਸਾਰੇ ਬਹੁਤ ਵਧੀਆ ਜੀ ਪੰਜਾਬ ਨਾਲ ਜੁੜੇ ਰਹਿਣ ਜੀ ਥੈਂਕ ਯੂ ਬਹੁਤ ਵਧੀਆ ਜੀ ਬਹੁਤ ਮਿਹਰਬਾਨੀ ਤੇ ਹਾਂਜੀ ਬਾਜੀ ਤੁਹਾਡਾ ਨਾਮ ਦੱਸ ਦਿਓ ਸਤਪਾਲ ਸਿੰਘ ਬੈਂਸਾਂ ਜੀ ਹਾਂਜੀ ਸਤਪਾਲ ਸਿੰਘ ਜੀ ਹਾਂਜੀ ਜੀ ਤੇ ਜੀ ਜਗਤਾਰ ਸਿੰਘ ਭਾਜੀ ਜਗੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਸੀਂ ਸਭ ਤੋਂ ਪਹਿਲਾਂ ਸਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੰਮੀ ਬਰਾੜਪਾਜੀ ਦਾ ਵੀ ਤੇ ਸਾਰੀ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਤੇ ਮੈਂ ਚਾਹਾਂਗਾ ਜੀ ਅਖੀਰ ਤੇ ਗੋਲਦੀ ਬਾਜੀ ਤੁਸੀਂ ਪੂਰੀ ਸੰਗਤ ਦਾ ਧੰਨਵਾਦ ਕਰਦੇ ਹੋ ਤੇ ਨਾਲ-ਨਾਲ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਜੀ ਸਭ ਦਾ ਇੱਥੇ ਬੈਠੇ ਜਿੰਨੇ ਸਾਡੇ ਆਏ ਨੇ ਮਹਿਮਾਨ ਇਹਨਾਂ ਦਾ ਵੀ ਤੇ ਨਾਲ ਘਰਾਂ ਵਿੱਚ ਬੈਠੇ ਜਿਹੜੇ ਮੈਂ ਸਾਰੇ ਵੀ ਜਿੰਨੇ ਵੀ ਸਰੋਤੇ ਬਾਹਰ ਟੀਵੀ ਦੇਖ ਰਹੇ ਹਨ ਜਸ ਪੰਜਾਬੀ ਦਾ ਮੈਂ ਮਤਾ ਦੇ ਲੋਤਨਵਾਦ ਆਪਣੀ ਵਿਸਕਾਂਸਨ ਕਮੇਟੀ ਅਰੇ ਸੰਗ ਸਾਹ ਸੰਗਤ ਵੱਲੋਂ ਕਰਦਾ ਹਾਂ ਕਿ ਇਹ ਇਹਨਾਂ ਨੇ ਸਾਡੀ ਸਟੇਟ ਦੇ ਵਿੱਚ ਆ ਕੇ ਹੀ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਮੈਂ ਆਪਣੀ ਆਈ ਹੋਈ ਸਾਰੀ ਸਮੂਹ ਸਾਹ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜੋ ਕਿ ਥੋੜੇ ਜਿਹੇ ਸਮੇਂ ਦੇ ਨੋਟਿਸ ਦੇ ਵਿੱਚ ਇਹ ਗੁਰੂ ਘਰ ਦੇ ਵਿੱਚ ਆ ਕੇ ਆਪਣਾ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਜੀ ਮੈਂ ਵੀ ਬਹੁਤ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਸਾਰਿਆਂ ਦਾ ਹੀ ਜਦੋਂ ਵੀ ਅਸੀਂ ਆਈ ਦਾ ਇੱਧਰ ਤੇ ਬਹੁਤ ਸਾਨੂੰ ਪਿਆਰ ਬੜਾ ਮਿਲਦਾ ਹੈ ਬਹੁਤ ਆਸ਼ੀਰਵਾਦ ਇੱਥੋਂ ਮਿਲਦਾ ਹੈ ਔਰ ਅਸੀਂ ਖੜੇ ਪੈਰ ਵੀ ਕੋਈ ਗੱਲ ਕਹਿ ਦਈਏ ਬੇਨਤੀ ਕਰ ਦਈਏ ਤੇ ਛੱਟ ਦੇਣੀ ਸਾਡੀ ਬੇਨਤੀ ਨੂੰ ਪ੍ਰਮਾਨ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਜੀ ਅਸੀਂ ਇਸੇ ਪੂਰੇ ਵਿਸਕான்ਸਨ ਸਟੇਟ ਦੇ ਜਿੰਨੇ ਪੰਜਾਬੀ ਨੇ ਸਾਰੇ ਬਲਕੇ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀ ਸਭ ਦਾ ਧੰਨਵਾਦ ਕਰਦੇ ਆ ਜਿਹੜੇ ਜਸ ਪੰਜਾਬੀ ਨੂੰ ਪਿਆਰ ਕਰਦੇ ਨੇ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤਾਂ ਸਭ ਨੂੰ ਬਹੁਤ ਹੀ ਇਹ ਵਧੀਆ ਜਾਂ ਤਾਂ ਨਹੀਂ ਕਹਿ ਸਕਦੇ ਵਧੀਆ ਤਾਂ ਲੱਗਿਆ ਹੋਏਗਾ ਜਾਣਕਾਰੀ ਜਿਹੜੀ ਐ ਇੱਥੋਂ ਦੀ ਇਸ ਗੁਰੂਕਾਰ ਬਾਰੇ ਬਹੁਤ ਚ ਚੰਗੀ ਲੱਗੀ ਹੋਊਗੀ ਵਿੱਚ इमोशनल ਵੀ ਹੋਏ ਹੋਵੋਗੇ ਵਿੱਚ ਥੋੜਾ ਬਹੁਤ ਕੇਰੇ ਤੇ ਸਮਾਈਲ ਵੀ ਆਈ ਹੋਏਗੀ ਕਿਸੇ ਵੀ ਜਾਣਕਾਰੀ ਲਈ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਜਾਣਕਾਰੀ ਲੈਣੀ ਚਾਹੁੰਦੇ ਹੋ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ WhatsApp ਨੰਬਰ ਸਾਡਾ ਜਿੱਤੇ ਤੁਹਾਡੇ ਟੈਕਸਟ ਮੈਸੇਜ ਆਉਂਦੇ ਨੇ ਮੇਰਾ ਸੈੱਲ ਨੰਬਰ ਸਭ ਕੋਲੇ ਹੈਗਾ 209453362 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਦੁਆ ਕਰਦੇ ਹਾਂ ਪਰਮਾਤਮਾ ਸਭ ਨੂੰ ਖੁਸ਼ ਰੱਖੇ ਖੁਸ਼ ਰਹੋ ਖੁਸ਼ ਰੱਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ